ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਇਸ ਸਟੂਡੀਓ ਦੇ ਵਿੱਚ, ਇਸ ਮੰਚ ਦੇ ਉੱਤੇ, ਔਰ ਖਾਸ ਤੌਰ 'ਤੇ ਇਸ ਪ੍ਰੋਗਰਾਮ ਦੇ ਵਿੱਚ। ਸੋ ਅੱਜ ਇੱਕ ਵਾਰ ਫਿਰ ਤੋਂ ਓਮ ਗਲੋਬਲ ਤੋਂ ਪੁਨੀਤ ਖੰਨਾ ਜੀ ਸਾਡੇ ਨਾਲ ਹਾਜ਼ਰ ਨੇ। ਸੋ ਓਮ ਗਲੋਬਲ ਦੀ ਗੱਲ ਕਰ ਲਈ ਤਾਂ ਇਹਨਾਂ ਦੇ ਸੋਸ਼ਲ ਮੀਡੀਆ ਨੂੰ ਜਿਹੜਾ ਮੈਂ ਫੋਲੋ ਕਰ ਰਿਹਾ, ਫੇਸਬੁੱਕ ਪੇਜ, ਇੰਸਟਾਗ੍ਰਾਮ, ਔਰ ਰੋਜ਼ ਦੋ ਚਾਰ ਜਿਹੜੇ ਨੇ ਪਾਸਪੋਰਟ ਰਿਕੁਐਸਟ, ਵੀਜ਼ਾਜ਼, ਚਾਹੇ ਉਹ ਕੈਨੇਡਾ ਦੀ ਗੱਲ ਹੋਵੇ, ਚਾਹੇ ਆਸਟ੍ਰੇਲੀਆ ਦੀ ਗੱਲ ਹੋਵੇ, ਵੇਖਣ ਨੂੰ ਮਿਲ ਜਾਂਦੇ ਨੇ। ਸੋ ਅੱਜ ਪੁਨੀਤ ਖੰਨਾ ਉਹਨਾਂ ਕੋਲੋਂ ਟਾਈਮ ਲਿਆ ਸੀ ਕਿ ਪਿਛਲੇ ਹਫ਼ਤੇ ਦੀ ਚਰਚਾ ਕਰੀਏ ਸਾਰੇ, ਕਿ ਪਿਛਲੇ 7 ਦਿਨਾਂ ਦੇ ਵਿੱਚ ਕੈਨੇਡਾ ਨੂੰ ਲੈ ਕੇ ਕਿਸ ਤਰ੍ਹਾਂ ਦੇ ਉਤਾਰ ਚੜਾਵ ਰਹੇ, ਵੀਜ਼ਾਜ਼ ਆਏ ਜਾਂ ਨਹੀਂ ਆਏ। ਖਾਸ ਤੌਰ 'ਤੇ 31 ਮਾਰਚ ਨੂੰ ਉਡੀਕ ਕਰ ਰਹੇ ਸੀ ਬੱਚੇ ਕਿ ਕਿਊਬੈਕ ਦੇ ਕਾਲਜਿਸ ਜਿਨ੍ਹਾਂ ਦੀ ਟੈਂਪਰੇਰੀ CAQ ਸਸਪੈਂਡ ਹੋਈਆਂ ਸੀ, ਉਹਨਾਂ ਦੇ ਨਤੀਜੇ ਆਉਣਗੇ। ਹੁਣ ਉਹ ਨਤੀਜੇ ਹਜੇ ਆਉਣੇ ਸ਼ੁਰੂ ਹੋਏ ਆ ਜਾਂ ਨਹੀਂ ਹੋਏ, ਇਸ ਬਾਬਤ ਵੀ ਚਰਚਾ ਕਰਾਂਗੇ। ਜਿਹੜੇ ਵਿਦਿਆਰਥੀ ਹਜੇ ਵੀ ਰਿਜ਼ਲਟ ਦੀ ਵੇਟ ਕਰ ਰਹੇ ਆ, 31 ਮਾਰਚ ਨਿਕਲ ਗਿਆ, ਰਿਜ਼ਲਟਸ ਨਹੀਂ ਆਏ, ਉਹ ਵਿਦਿਆਰਥੀ ਕੀ ਕਰ ਸਕਦੇ ਨੇ, ਉਸ ਬਾਰੇ ਵੀ ਚਰਚਾ ਕਰਾਂਗੇ। ਪਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਖੰਨਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਮਨੀਸ਼ ਜੀ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਖੰਨਾ ਸਾਹਿਬ, ਪਹਿਲਾਂ ਤਾਂ ਬਠਿੰਡਾ ਦਫ਼ਤਰ ਦੀਆਂ ਬਹੁਤ ਬਹੁਤ ਮੁਬਾਰਕਾਂ। ਪਿਛਲੀ ਵਾਰ ਜਦੋਂ ਬਠਿੰਡਾ ਦਫ਼ਤਰ ਅਸੀਂ ਆਏ ਸੀ, ਤੁਹਾਡੀ ਗੈਰਹਾਜ਼ਰੀ ਲੱਗ ਗਈ, ਸ਼ਾਇਦ ਤੁਸੀਂ ਬਾਹਰ ਸੀ ਇੰਡੀਆ ਤੋਂ ਕਿਤੇ, ਅਤੇ ਬਠਿੰਡਾ ਦੇ ਲੋਕ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਸੀ ਕਿ ਕੋਈ ਚੰਗੀ ਕੰਪਨੀ ਐਸੀ ਆਵੇ ਜਿਹੜੀ ਕੈਨੇਡਾ ਨੂੰ, ਆਸਟ੍ਰੇਲੀਆ ਨੂੰ ਪ੍ਰਮੋਟ ਕਰਦੀ ਹੋਵੇ, ਵੀਜ਼ੇ ਜਿਹਦੇ ਜ਼ਿਆਦਾ ਲੱਗਦੇ ਹੋਣ, ਔਰ ਸਭ ਤੋਂ ਵੱਡੀ ਗੱਲ ਉਹਨਾਂ ਦਾ ਪੈਸਾ ਖਰਾਬ ਨਾ ਹੁੰਦਾ ਹੋਵੇ। ਸੋ ਇਹ ਤਿੰਨਾਂ ਚੀਜ਼ਾਂ ਅਗਰ ਸੋਚੀਏ ਤਾਂ ਓਮ ਗਲੋਬਲ ਦੇ ਵਿੱਚ ਮਿਲਦੀਆਂ, ਪੈਸਾ ਵੀ ਖਰਾਬ ਨਹੀਂ ਹੋਣ ਦਿੰਦੇ, ਵੀਜ਼ੇ ਵੀ ਚੰਗੇ ਆਉਂਦੇ ਆ, ਔਰ ਹਰ ਇੱਕ ਮੁਲਕ ਨੂੰ ਡੀਲ ਵੀ ਕਰਦੇ ਹੋ। ਸੋ ਬਠਿੰਡਾ ਵਿੱਚ ਆਉਣ ਤੋਂ ਬਾਅਦ ਇੱਥੋਂ ਦੇ ਲੋਕਾਂ ਦਾ ਕਿਵੇਂ ਦਾ ਪਿਆਰ ਮਿਲਿਆ? ਬੜਾ ਵਧੀਆ ਔਰ ਮਤਲਬ ਐਕਸਾਈਟਿੰਗ ਜਿਹਾ ਲੱਗਿਆ ਬਠਿੰਡੇ ਦੇ ਵਿੱਚ। ਕਿਉਂ ਵਧੀਆ ਲੱਗਿਆ? ਇੱਕ ਵੱਖਰੀ ਚੀਜ਼ ਇੱਥੇ ਜਿਹੜੀ ਹੁੰਦੀ ਪਈ ਹੈ, ਜਿਹੜੀਆਂ ਬਾਕੀ ਬ੍ਰਾਂਚਸ ਦੇ ਵਿੱਚ ਨਹੀਂ ਹੁੰਦੀ, ਔਰ ਸ਼ਾਇਦ ਇਹਦਾ ਕਾਰਨ ਇਹ ਹੈ ਕਿ ਪਹਿਲਾਂ ਬਠਿੰਡਾ ਦੇ ਵਿੱਚ ਪ੍ਰੈਜੈਂਸ ਨਹੀਂ ਸੀਗੀ ਸਾਡੀ। ਅਤੇ ਅੱਜ ਸਵੇਰ ਦਾ ਵੀ ਮੈਂ ਇੱਥੇ ਬੈਠਾ ਅਤੇ ਕਾਫੀ ਸਟੂਡੈਂਟਸ ਇੱਦਾਂ ਦੇ ਮਿਲੇ ਕਿ ਜਿਹੜੇ ਆਏ ਆ ਕਿ ਭਾਅ ਜੀ ਮੇਰੇ ਕੋਲ ਔਫਰ ਲੈਟਰ ਹੈਗੀ ਹੈ, ਮੈਂ ਅਪਲਾਈ ਕਰਨਾ ਤੁਹਾਡੇ ਕੋਲ। ਯਾਰ ਔਫਰ ਲੈਟਰ ਤੂੰ ਲੈ ਲਈ, ਇੱਦਾਂ ਦਾ ਸਟੂਡੈਂਟ ਵੀ ਆਇਆ ਕਿ ਦੋ ਔਫਰ ਲੈਟਰ ਸਕੂਲ ਹੈਗੀਆਂ, ਅਤੇ ਔਫਰ ਲੈਟਰ ਲੈ ਲਈ ਅਤੇ ਫਿਰ ਤੂੰ ਅਪਲਾਈ ਕਿਉਂ ਨਹੀਂ ਕੀਤਾ? ਜਿਹੜੇ ਏਜੰਟ ਤੋਂ, ਕੰਸਲਟੈਂਟ ਤੋਂ ਤੂੰ ਔਫਰ ਲੈਟਰ ਲਿੱਤੀ ਹੈ, ਹੁਣ ਉੱਥੋਂ ਅਪਲਾਈ ਵੀ ਕਰ ਦਿੰਦਾ, ਸਾਡੇ ਕੋਲ ਕਿਉਂ ਹੈ? ਕਹਿੰਦਾ ਭਾਅ ਜੀ ਔਫਰ ਲੈਟਰ ਤਾਂ ਪਹਿਲਾਂ ਅਪਲਾਈ ਕਰਤੀ ਸੀ, ਔਫਰ ਲੈਟਰ ਮਿਲ ਗਈ। ਉਹ ਜਿਹੜਾ ਸਾਡਾ ਏਜੰਟ ਜਾਂ ਕੰਸਲਟੈਂਟ ਹੈ, ਜਾਂ ਬਠਿੰਡੇ ਦੇ ਵਿੱਚ ਬਹੁਤ ਸਾਰੇ ਏਜੰਟ ਇੱਦਾਂ ਦੇ ਨੇ ਜਿਹੜੇ ਪੈਸੇ ਕਹਿੰਦੇ ਹੁਣ ਟ੍ਰਾਂਸਫਰ ਕਰ ਦਿਓ, ਅਤੇ ਜੋ ਹਾਲ ਹੈ ਭਾਅ ਜੀ ਸਾਡਾ, ਹੁਣ ਪੈਸੇ ਟ੍ਰਾਂਸਫਰ ਕਰਨ ਨੂੰ ਜੀ ਨਹੀਂ ਕਰਦਾ, ਦੋ ਮਹੀਨੇ ਹੋ ਗਏ ਔਫਰ ਲੈਟਰ ਲਈ ਫਿਰਦੇ ਹਾਂ, ਹੁਣ ਤੁਸੀਂ ਇੱਥੇ ਦਫ਼ਤਰ ਖੋਲ੍ਹ ਲਿਆ, ਆ ਰਹੀ ਸਾਡੀ ਔਫਰ ਲੈਟਰ, ਕਾਲਜ ਬਦਲਾਉਣਾ ਕਾਲਜ ਬਦਲਾ ਲਓ, ਔਫਰ ਲੈਟਰ ਬਦਲਾਉਣੀ ਔਫਰ ਲੈਟਰ ਬਦਲਾ ਲਓ, ਜਿੱਦਾਂ ਤੁਹਾਡੀ ਸਮਝ ਲੱਗਦੀ ਹੈ ਉੱਦਾਂ ਕਰ ਲਓ, ਪਰ ਇਹਨੂੰ ਅਪਲਾਈ ਹੁਣ ਤੁਸੀਂ ਆਪਣੇ ਤਰੀਕੇ ਦੇ ਨਾਲ ਕਰ ਲਓ। ਸੋ ਅੱਜ ਸਵੇਰ ਦਾ ਹੀ 5-7 ਸਟੂਡੈਂਟ ਤਾਂ ਮੈਂ ਇਹੀ ਮਿਲਿਆ, ਜਿਹੜਾ ਉਹ ਔਫਰ ਲੈਟਰ ਆਪਣੀ ਵੱਖਰੇ ਵੱਖਰੇ ਕਾਲਜਾਂ ਦੀ, ਕਮਿਊਨਿਟੀ ਕਾਲਜਿਸ ਦੀ, ਕੋਈ ਕਿਊਬੈਕ ਦੇ ਕਾਲਜਿਸ ਦੀ ਔਫਰ ਲੈਟਰ ਨਾਲ ਲੈ ਕੇ ਸਟੂਡੈਂਟ ਆਏ ਕਿ ਆ ਰਹੀ ਜੀ ਮੇਰੀ ਔਫਰ ਲੈਟਰ ਆਈ ਹੋਈ ਹੈ। ਮੈਂ ਇੱਕ ਅੱਧੇ ਬੰਦੇ ਨੂੰ ਜਦੋਂ ਪਹਿਲਾਂ ਦੂਜਾ ਸਟੂਡੈਂਟ ਮਿਲਿਆ, ਤੀਜੇ ਨੂੰ ਮੈਂ ਪੁੱਛ ਲਿਆ, ਉਹ ਕਹਿੰਦਾ ਮੈਂ 2 ਔਫਰਾਂ ਮੇਰੇ ਕੋਲ ਹੈਗੀਆਂ। ਮੈਂ ਕਿਹਾ ਯਾਰ ਔਫਰਾਂ ਮੰਗਾ ਲਈਆਂ, ਤੁਹਾਡੇ ਇੱਥੇ ਰਿਵਾਜ ਅਪਲਾਈ ਕਰਨ ਦਾ ਨਹੀਂ ਹੈਗਾ, ਕਿ ਬਠਿੰਡੇ ਸਿਰਫ ਔਫਰ ਲੈਟਰ ਮੰਗਾ ਕੇ ਰੱਖਣ ਦਾ ਰਿਵਾਜ ਆ। ਫਿਰ ਉਹਨੇ ਦੱਸਿਆ ਕਿ ਭਾਅ ਜੀ ਉੱਥੇ ਪੈਸੇ ਦੇਣੇ ਪੈਣੇ ਆ ਪਹਿਲਾਂ, ਉਹਦੇ ਵਿੱਚ ਨੁਕਸਾਨ ਵੀ ਸਾਡਾ, ਉਹਦੇ ਵਿੱਚ ਜੋ ਡਾਲਰ ਦੀ ਕਨਵਰਜਨ, ਅੱਜ ਦੀ ਡੇਟ 'ਚ ਸਟੂਡੈਂਟ ਨੂੰ ਆਪ ਨੂੰ ਹੀ ਪਤਾ ਸਾਰਾ ਕੁਛ ਕਿ ਕਿਸ ਤਰੀਕੇ ਦੇ ਨਾਲ ਕਿੱਥੇ ਕਿੱਥੇ ਉਹਦੀ ਜੇਬ ਹਲਕੀ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਉਹ ਕੰਸਲਟੈਂਟ ਵੱਲੋਂ ਕੀਤੀ ਜਾਂਦੀ ਹੈ। ਸੋ ਇਹ ਇੱਕ ਬਹੁਤ ਵਧੀਆ ਚੀਜ਼ ਜਿਹੜੀ ਬਠਿੰਡੇ ਆ ਕੇ ਦੇਖਣ ਨੂੰ ਜੀ। ਸੋ ਹੁਣ ਕੈਨੇਡਾ ਦੀ ਗੱਲ ਕਰ ਲਈਏ, ਕੈਨੇਡਾ ਤੋਂ ਰਿਜ਼ਲਟਸ ਕਿਵੇਂ ਦੇ ਆ ਰਹੇ ਨੇ? 31 ਮਾਰਚ ਦੀ ਵਿਦਿਆਰਥੀ ਵੇਟ ਕਰ ਰਹੇ ਸੀ ਕਿ ਕਿਊਬੈਕ ਦੇ ਕਾਲਜਿਸ ਸੀ ਜਿਹਨਾਂ 10 ਕਾਲਜਿਸ ਦੀ CAQ ਟੈਂਪਰੇਰੀ ਸਸਪੈਂਡ ਕੀਤੀ ਗਈ ਸੀ, ਉਹਨਾਂ ਦੇ ਸ਼ਾਇਦ ਨਤੀਜੇ 31 ਮਾਰਚ ਰਾਤ ਤੋਂ ਬਾਅਦ ਆਉਣੇ ਸ਼ੁਰੂ ਹੋ ਜਾਣ। ਪਰ ਅੱਜ ਅਸੀਂ ਅਪ੍ਰੈਲ ਦੇ ਫਸਟ ਵੀਕ 'ਚ ਬੈਠੇ ਹਾਂ, ਅਤੇ ਕੋਈ ਹਜੇ ਐਸੀ ਹਿਲਜੁਲ ਹੋਈ ਲੱਗਦੀ ਨਹੀਂ ਕਿਊਬਿਕ ਵਾਲੇ ਬੱਚਿਆਂ ਲਈ। ਕੱਲ੍ਹ ਪ੍ਰੋਟੈਸਟ ਵੀ ਕੀਤਾ ਗਿਆ ਕੁਛ ਬੱਚਿਆਂ ਵੱਲੋਂ। ਸੋ ਤੁਹਾਡੇ ਕੋਲ ਕੀ ਅਪਡੇਟ ਸਕਿਓ? ਮੈਂ ਤਾਂ ਇਹਦੇ ਵਿੱਚ ਇੱਕੋ ਹੀ ਸਵਾਲ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ
ਕਿ ਕਿੱਥੇ ਨੋਟੀਫਿਕੇਸ਼ਨ ਜਾਰੀ ਹੋਈ ਸੀ ਕਿ 31 ਮਾਰਚ ਤੋਂ ਬਾਅਦ ਪਹਿਲੀ ਨੂੰ ਜਾਂ ਦੂਜੀ ਨੂੰ ਤੁਹਾਨੂੰ ਰਿਜ਼ਲਟ ਮਿਲੂਗੇ। ਇਸ ਤਰ੍ਹਾਂ ਦੀ ਕੋਈ ਵੀ ਨੋਟੀਫਿਕੇਸ਼ਨ ਨਾ ਇਮੀਗ੍ਰੇਸ਼ਨ ਵੱਲੋਂ, ਨਾ ਐਮਬੈਸੀ ਵੱਲੋਂ, ਨਾ ਕਿਊਬੈਕ ਦੀ ਮਿਨਿਸਟਰੀ ਵੱਲੋਂ ਕਿਹਾ ਗਿਆ ਸੀਗਾ ਕਿ ਇੱਦਾਂ ਦਾ ਤੁਹਾਡਾ ਕੁਛ ਹੋਊਗਾ ਕਿ ਵੀਜ਼ੇ ਪਹਿਲਾਂ 6 ਮਹੀਨੇ ਰੁਕੇ ਰਹਿਣਗੇ, ਉਸ ਤੋਂ ਬਾਅਦ ਤੁਹਾਨੂੰ ਵੀਜ਼ੇ ਮਿਲਣੇ ਸ਼ੁਰੂ ਹੋਣਗੇ। ਬੜਾ ਸਿੰਪਲ ਹੈ ਜੇ ਆਪਾਂ ਇਹਨੂੰ ਬੈਕਡ੍ਰੌਪ 'ਚ ਚੱਲ ਜਾਈਏ, ਉਹ ਬੜਾ ਸਿੰਪਲ ਇਹ ਹੈ ਕਿ ਇਹਨਾਂ ਨੇ ਕੀ ਕੀਤਾ ਕਿ ਕਿਊਬੈਕ ਮਿਨਿਸਟਰੀ ਨੂੰ ਕਿਤੇ ਨਾ ਕਿਤੇ ਲੱਗਾ ਕਿ ਇਹ ਕੁਛ ਕਾਲਜਸ ਜਿਹੜੇ ਹੈਗੇ ਆ ਉਹ ਮੈਲ ਪ੍ਰੈਕਟਿਸਿਸ ਦੇ ਵਿੱਚ ਇਨਵੋਲਵ ਨੇ। ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਐਜੂਕੇਸ਼ਨ ਇੰਸਟੀਟਿਊਟ ਨੂੰ ਚਲਾਉਣਾ ਚਾਹੀਦਾ ਉਸ ਤਰੀਕੇ ਦੇ ਨਾਲ ਉਹਨੂੰ ਨਹੀਂ ਚਲਾ ਰਹੇ। ਬਹੁਤ ਸਾਰੇ ਰੀਜ਼ਨਸ ਸੀਗੇ ਇਹਦੇ ਵਿੱਚ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਡਿਸਕਲੋਜ਼ ਵੀ ਕੀਤੀਆਂ ਜਾਂ ਕੈਨੇਡਾ 'ਚ ਕਿਊਬੈਕ ਦੇ ਵਿੱਚ ਕਿਊਬੈਕ ਦੇ ਮੀਡੀਆ ਨੇ ਡਿਸਕਲੋਜ਼ ਕੀਤੀਆਂ ਕਿ ਕਿੱਥੇ ਕਿੱਥੇ ਪ੍ਰੋਬਲਮ ਸੀਗੀ ਇਹਨਾਂ ਕਾਲਜਸ ਨੇ, ਕਿੱਥੇ ਕਿੱਥੇ ਮਤਲਬ ਕਹਿਣ ਦਾ ਕਿ ਲਾਹਾ ਲਿਆ ਇਸ ਚੀਜ਼ ਦਾ ਕਿ ਲੈ ਵੀ ਵੀਜ਼ਾ ਲੱਗਦਾ ਅਤੇ ਸਟੂਡੈਂਟ ਸਾਡੇ ਕੋਲ ਆਉਂਦਾ। ਇੱਕ ਕੈਸ਼ ਕਾਓ ਮੰਗਰ ਇੰਟਰਨੈਸ਼ਨਲ ਸਟੂਡੈਂਟ ਨੂੰ ਟ੍ਰੀਟ ਕੀਤਾ ਗਿਆ। ਐਜੂਕੇਸ਼ਨ ਜੋ ਕਿ ਇੱਕ ਮੇਜਰ ਪਾਰਟ ਸੀਗਾ ਐਜੂਕੇਸ਼ਨ ਨੂੰ ਛੱਡਦੇ ਹੋਏ, ਮਾਈਗ੍ਰੇਸ਼ਨ ਔਰ ਇਮੀਗ੍ਰੇਸ਼ਨ ਔਰ ਉਹਨਾਂ ਨੂੰ ਉੱਥੇ ਸਿਰਫ ਲਿਆਉਣ ਦੇ ਉੱਤੇ ਤਵੱਜੋ ਦਿੱਤੀ ਗਈ। ਸੋ ਉਸ ਚੱਕਰ ਕਰਕੇ ਉਹਨਾਂ ਨੂੰ ਟੈਂਪਰੇਰੀ ਸਸਪੈਂਸ਼ਨ ਸੀ ਏ ਕਿ ਉਹਦੀ ਟੈਂਪਰੇਰੀ ਸਸਪੈਂਸ਼ਨ ਦੇ ਵਿੱਚ ਪਾ ਦਿੱਤਾ ਗਿਆ। ਅਲਟੀਮੇਟਲੀ ਇੱਕ ਬੇਸਿਕ ਲਾਅ ਜਿਹੜਾ ਉੱਥੇ ਹੈਗਾ ਵਾ ਕਿ ਤੁਸੀਂ ਹਰ ਚੀਜ਼ ਦੀ ਅਪੀਲ ਕੋਰਟ 'ਚ ਜਾ ਕੇ ਕਰ ਸਕਦੇ ਹੋ। ਕੋਰਟ ਦੇ ਵਿੱਚ ਉਹਦੀ ਅਪੀਲ ਉਹਨਾਂ ਕਾਲਜਸ ਨੇ ਕੀਤੀ, ਕੋਰਟ ਨੇ ਉਹਨੂੰ ਸਟੇ ਦੇ ਦਿੱਤਾ, ਟੈਂਪਰੇਰੀ ਸਟੇ ਦੇ ਦਿੱਤਾ। ਟੈਂਪਰੇਰੀ ਸਟੇ ਦਾ ਮਤਲਬ ਇਹ ਕਿਤੇ ਨਹੀਂ ਹੋਇਆ ਕਿ ਇਹ ਕਾਲਜਸ ਨੀਟ ਐਂਡ ਕਲੀਨ ਕੱਢ ਕੇ ਉਹਨਾਂ ਨੇ ਸਾਈਡ 'ਤੇ ਕਰ ਦਿੱਤੇ। ਟੈਂਪਰੇਰੀ ਸਟੇ ਦਾ ਮਤਲਬ ਇਹ ਹੈ ਕਿ ਜਿੰਨੀ ਦੇਰ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਿਸ ਤਰੀਕੇ ਨਾਲ ਕੰਮ ਹੋ ਰਿਹਾ ਇਹਨੂੰ ਉਸ ਤਰੀਕੇ ਦੇ ਨਾਲ ਕੰਟੀਨਿਊ ਰੱਖੋ। ਬਟ ਪਿੱਛੇ ਜੇ ਰੀਸੈਂਟਲੀ ਕੀ ਹੋਇਆ ਕਿ ਇਮੀਗ੍ਰੇਸ਼ਨ ਨੂੰ ਲੋਕਾਂ ਨੇ ਮੇਲਾਂ ਲਿਖੀਆਂ, ਕੁਛ ਏਜੰਟਸ ਨੇ, ਕੰਸਲਟੈਂਟਸ ਨੇ ਈਮੇਲਸ ਲਿਖੀਆਂ ਔਰ ਇਮੀਗ੍ਰੇਸ਼ਨ ਨੇ ਸਾਫ਼ ਸੁਥਰੇ ਸ਼ਬਦਾਂ ਦੇ ਵਿੱਚ ਉਸ ਈਮੇਲਸ ਦਾ ਜਵਾਬ ਦਿੱਤਾ ਕਿ ਟੈਂਪਰੇਰੀ ਸਟੇ ਹੈ, ਬਿਲਕੁਲ ਠੀਕ ਹੈ, ਬਟ ਵੀ ਆਰ ਇਨਵੈਸਟੀਗੇਟਿੰਗ, ਡਾਕੂਮੈਂਟ ਵੀ ਚੈੱਕ ਕਰ ਰਹੇ ਹਾਂ, ਐਲਓਏਜ਼ ਵੀ ਚੈੱਕ ਕਰ ਰਹੇ ਹਾਂ, ਹੋਰ ਸਾਰੀਆਂ ਚੀਜ਼ਾਂ ਵੀ ਚੈੱਕ ਕਰ ਰਹੇ ਹਾਂ, ਜਦੋਂ ਸਾਡੀ ਸੈਟਿਸਫੈਕਸ਼ਨ ਹੋਊਗੀ ਉਦੋਂ ਅਸੀਂ ਤੁਹਾਨੂੰ ਰਿਜ਼ਲਟ ਦੇ ਦਾਂਗੇ। ਕਿਤੇ ਵੀ ਇਮੀਗ੍ਰੇਸ਼ਨ ਨੇ ਇਹ ਨਹੀਂ ਜਾ ਕੇ ਕਿਹਾ ਕਿ ਇਹਨਾਂ ਕਾਲਜਸ ਕਰਕੇ ਤੁਹਾਨੂੰ ਰੋਕਿਆ ਹੋਇਆ। ਬਟ ਔਨ ਦੀ ਅਦਰ ਹੈਂਡ ਜਿਹੜੇ ਚੰਗੇ ਕਾਲਜਸ ਨੇ, ਚਾਹੇ ਕਿਊਬੈਕ ਦੇ ਹੀ ਕਾਲਜਸ ਨੇ, ਉਹਨਾਂ ਦੇ ਵੀਜ਼ੇ ਧੜਾ ਧੜ ਆ ਰਹੇ ਆ, ਉਹਨਾਂ ਦੀ ਰੋਜ਼ ਰੈਗੂਲਰ ਬੇਸਿਸ ਦੇ ਉੱਤੇ ਪਾਸਪੋਰਟ ਰਿਕੁਐਸਟ। ਜੇ ਮੈਂ ਆਪਣੀ ਗੱਲ ਕਰ ਲਾਂ ਤਾਂ ਮੈਂ ਕੁਛ ਪਾਸਪੋਰਟ ਰਿਕੁਐਸਟ ਰੱਖ ਕੇ ਬੈਠਾ ਸੀ ਜੋ ਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ ਇਹ ਪਾਸਪੋਰਟ ਰਿਕੁਐਸਟ ਆਈਆਂ ਔਰ ਮੈਜੋਰਿਟੀ ਆਫ ਦੀਸ ਪਾਸਪੋਰਟ ਰਿਕੁਐਸਟ ਵਿੱਚ ਸਟੂਡੈਂਟ ਕਿਊਬੈਕ ਦੇ ਕਾਲਜਸ ਦਾ ਵਾ। ਬਟ ਉਹ ਕਾਲਜਸ ਨੇ ਜਿਹੜੇ ਇਹ ਨਹੀਂ ਕਹਿੰਦੇ ਕਿ ਤੁਸੀਂ ਆ ਕੇ ਸਿਰਫ ਵੀਕਐਂਡ 'ਤੇ ਪੜ੍ਹੋ, ਉਹ ਕਾਲਜਸ ਨੇ ਜਿਹੜੇ ਸਿਰਫ ਪੰਜਾਬੀ ਸਟੂਡੈਂਟ ਨੂੰ ਲਿਆ ਕੇ ਉੱਥੇ ਨਹੀਂ ਬਿਠਾਉਂਦੇ। ਮਲਟੀ ਕਲਚਰਲ ਸਟੂਡੈਂਟ ਪੜ੍ਹਦਾ, ਕੋਈ ਵੀਅਤਨਾਮ ਤੋਂ ਵੀ ਆ, ਕੋਈ ਫਿਲੀਪੀਨਸ ਤੋਂ ਵੀ ਆ, ਕੋਈ ਅਫਰੀਕਾ ਤੋਂ ਵੀ ਹੈ। ਸੋ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਬਾਕੀ ਕਾਲਜਸ ਨੇ ਇਗਨੋਰ ਕੀਤੀਆਂ, ਉਹੀ 10 ਕਾਲਜ ਨੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਇਹ ਭੁਗਤ ਰਹੇ ਨੇ ਕਿ ਉਹਨਾਂ ਦੇ ਸਟੂਡੈਂਟਸ ਦੇ ਜਿਹੜੇ ਵੀਜ਼ਾ ਹਜੇ ਤੱਕ ਗ੍ਰਾਂਟ ਨਹੀਂ ਔਰ ਫਾਈਲਾਂ ਅੰਬੈਸੀ ਦੇ ਵਿੱਚ ਪਈ। ਜੀ ਪਰ ਖੰਨਾ ਸਾਹਿਬ, ਜਿਹੜੇ ਕਿਊਬੈਕ ਦੇ ਕੁਛ ਕਾਲਜਿਸ ਦੀ ਅਸੀਂ ਗੱਲ ਕਰ ਰਹੇ ਹਾਂ, ਉੱਥੇ ਬੱਚਾ ਜਾਂਦਾ ਕਿਉਂ ਸੀ? ਕਿਉਂਕਿ ਉੱਥੇ ਬੱਚੇ ਨੂੰ ਆਫਰ ਜਲਦੀ ਮਿਲ ਜਾਂਦੀ ਸੀ। ਬੱਚਾ $200-$250-$300 ਦੇ ਕੇ, $400 ਦੇ ਕੇ ਆਪਣੀ LOA ਲੈ ਲੈਂਦਾ ਸੀ। ਉਸ ਤੋਂ ਬਾਅਦ ਜਦੋਂ ਉਹਦੀ CAQ ਆ ਜਾਂਦੀ ਸੀ ਤਾਂ ਫਿਰ ਆਪਣੀ ਉਹ ਫੀਸ ਪੇ ਕਰਦਾ ਸੀ। ਔਰ ਸਭ ਤੋਂ ਵੱਡੀ ਗੱਲ ਉਹਦੀ ਫੀਸ ਬਹੁਤ ਘੱਟ ਸੀ, 4-4.5 ਲੱਖ ਰੁਪਏ ਦੇ ਆਸ ਪਾਸ ਫੀਸ ਸੀ ਕਾਲਜ ਦੀ, ਕਿਊਬੈਕ ਦੀ ਗੱਲ ਕਰ ਲਈਏ ਤਾਂ। ਪਰ ਜਦੋਂ ਦੀ ਇਹ ਸਸਪੈਂਸ਼ਨ ਹੋਈ ਆ, ਬੱਚਾ ਇੱਕ ਤਾਂ ਕਿਊਬੈਕ ਤੋਂ ਡਰ ਗਿਆ ਜੀ, ਦੂਜੀ ਗੱਲ ਬੱਚਾ ਅਪਲਾਈ ਕਰਨ ਲੱਗਿਆ ਸੋਚਦਾ ਪਿਆ ਕਿ ਮੈਂ ਕਿਹੜੇ ਕਾਲਜ 'ਚ ਅਪਲਾਈ ਕਰਾਂ ਜਿਹਦੀ ਫੀਸ ਘੱਟ ਹੋਵੇ। ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ 15-20 ਪਾਸਪੋਰਟ ਰਿਕੁਐਸਟਾਂ ਪਈਆਂ, ਮੈਂ ਵੀ ਦੇਖ ਰਿਹਾ ਕਿ ਰਿਕੁਐਸਟਾਂ ਹੈਗੀਆਂ ਬੱਚਿਆਂ ਦੀਆਂ ਕਿ ਪਾਸਪੋਰਟ ਸਬਮਿਸ਼ਨ ਕਰਵਾਓ। ਬਟ ਦਾ ਥਿੰਗ ਇਸ ਕਿ ਜੇਕਰ ਉਹ ਬੱਚੇ ਇਹਨਾਂ ਕਾਲਜਿਸ 'ਚ ਅਪਲਾਈ ਕਰਦੇ ਜਿੱਥੇ ਕਿਊਬੈਕ 'ਚ ਤੁਸੀਂ ਕਹਿ ਰਹੇ ਹੋ, ਉਹਨਾਂ ਨੂੰ ਜੇਬ ਜ਼ਿਆਦਾ ਹਲਕੀ ਕਰਨੀ ਪਊਗੀ, ਇਹ ਕਾਲਜ ਮਹਿੰਗੇ ਹੋ ਸਕਦੇ। ਦੇਖੋ ਮਨੀਸ਼ ਜੀ, ਉਹ ਟਾਈਮ ਜਿਹੜਾ ਸੀਗਾ ਨਾ, ਜਿਹੜਾ ਜਦੋਂ ਕਹਿੰਦੇ ਸਸਤਾ ਅਤੇ ਵਧੀਆ, ਉਹ ਟਾਈਮ ਨਿਕਲ ਗਿਆ। ਆ ਸਸਤੇ ਅਤੇ ਵਧੀਆ ਦੇ ਚੱਕਰ ਦੇ ਵਿੱਚ ਜਿਹੜੇ ਸਟੂਡੈਂਟ ਫਸੇ ਹੋਏ ਆ, ਜੇ ਅੱਜ ਦੀ ਡੇਟ ਦੇ ਵਿੱਚ ਸਟੂਡੈਂਟਸ ਕਹਿੰਦਾ ਕਿ ਮੇਰਾ ਰਿਜ਼ਲਟ ਨਹੀਂ ਆਉਂਦਾ ਪਿਆ, ਤਾਂ ਏਜੰਟ ਦਾ ਕਸੂਰ ਕੱਢਦੇ ਆਏ ਆ, ਅੱਗੋਂ ਕਾਲਜ ਦਾ ਕਸੂਰ ਕੱਢਦੇ ਆ, ਉਸ
ਉਹ ਸਾਰੇ ਸਿਨੈਰੀਓ ਦੇ ਵਿੱਚ ਸਟੂਡੈਂਟ ਵੀ ਓਨਾ ਹੀ ਵੱਡਾ ਕਸੂਰਵਾਰ ਹੈ। ਅੱਜ ਵੀ ਸਾਡੇ ਕੋਲ ਸਟੂਡੈਂਟ ਆਉਂਦਾ ਕਿ ਭਾਈ ਦੋ ਦਿਨ ਕਲਾਸਾਂ ਲੱਗ ਜਾਣਗੀਆਂ, ਵੀਕਐਂਡ 'ਤੇ ਪੜ੍ਹਾਈ ਹੋ ਜੂਗੀ, ਫੀਸ ਘੱਟ ਵਾਲੀ ਮਿਲ ਜੂਗੀ, ਆ $3,000-$4 ਵਾਲੀ ਫੀਸ ਮਿਲ ਜੂਗੀ, ਔਰ ਏਜੰਟ ਤਾਂ ਐਡ ਹੀ ਇਸ ਚੀਜ਼ ਦੀ ਦਿੰਦਾ ਕਿ ਵੀਕਐਂਡ ਕਲਾਸਾਂ 'ਚ ਪੜ੍ਹ ਲਓ ਜੀ, $4,000 ਦੇ ਕੇ ਚਲ ਜਾਓ ਜੀ। ਯਾਰ ਕੀ ਐਕਸਪੈਕਟ ਕਰਦੇ ਹੋ ਤੁਸੀਂ $4,000 ਜੋ ਕਿ ਦੋ ਲੱਖ ਰੁਪਏ ਸਾਲ ਦੀ ਫੀਸ, ਇੰਡੀਆ 'ਚ ਕਿੰਨੀਆਂ ਕੁ ਫੀਸਾਂ ਸਕੂਲਾਂ ਕਾਲਜਾਂ ਦੀਆਂ ਜਾਂਦੀਆਂ, ਇਹਦਾ ਕੋਈ ਆਈਡੀਆ ਵੀ ਹੈਗਾ ਤੁਹਾਨੂੰ ਕਿਸੇ ਨੂੰ? ਔਰ ਤੁਸੀਂ ਕੈਨੇਡਾ 'ਚ ਜਾ ਕੇ $4,000 ਵਾਲੇ ਕਾਲਜ ਦੀ ਫੀਸ ਭਰ ਕੇ ਉੱਥੇ ਪੜ੍ਹਾਈ ਕਰਨਾ ਚਾਹੁੰਦੇ ਹੋ, ਔਰ ਇਹ ਐਕਸਪੈਕਟ ਕਰਦੇ ਹੋ ਇਹ ਕਾਲਜ ਸਾਰਾ ਕੁਛ ਠੀਕ ਕਰਦਾ ਹੋਊਗਾ, ਇਹਦੀ ਕੰਪਲਾਇੰਸ ਵੀ ਠੀਕ ਹੋਊਗੀ, ਇਹਦੀ ਪੜ੍ਹਾਈ ਵੀ ਵਧੀਆ ਹੋਊਗੀ, ਇਹਦੇ ਪ੍ਰੋਫੈਸਰ ਵੀ ਚੰਗੇ ਹੋਣਗੇ, ਦੈਨ ਆਈ ਐਮ ਵੈਰੀ ਸੋਰੀ ਕਿ ਇਹ ਤੁਹਾਡਾ ਭੁਲੇਖ ਹੈ ਔਰ ਤੁਸੀਂ ਆਪਣੇ ਆਪ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਹੋ। ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਕਾਲਜ ਦੇ ਵਿੱਚ ਜੇ ਤੁਸੀਂ ਜਾਂਦੇ ਹੋ, ਕਿਸੇ ਕਮਿਊਨਿਟੀ ਕਾਲਜ ਦੇ ਵਿੱਚ ਚੱਲ ਜਾਓ, ਕਿਸੇ ਹੋਰ ਚੰਗੇ ਪ੍ਰਾਈਵੇਟ ਕਾਲਜ 'ਚ ਚੱਲ ਜਾਓ ਜਿਹਦੀ ਕੰਸੈਂਟਰੇਸ਼ਨ ਪੜ੍ਹਾਈ ਦੇ ਉੱਤੇ ਹੋਵੇ, ਰਾਦਰ ਦੈਨ ਇਹ ਹੋਵੇ ਕਿ ਤੁਸੀਂ ਦੋ ਕਲਾਸਾਂ ਲਾ ਲਓ। ਆਹ ਪਿੱਛੇ ਰੀਸੈਂਟਲੀ ਹੋਇਆ ਮੇਰੇ ਕੋਲ, ਇੱਕ ਔਨਸ਼ੋਰ ਬੱਚਾ ਸੀਗਾ ਮੇਰੇ ਵੱਲੋਂ ਭੇਜਿਆ ਹੋਇਆ, ਅਤੇ ਕਿਊਬੇਕ ਦੇ ਵਿੱਚ ਇੱਕ ਕਾਲਜ ਦੇ ਵਿੱਚ ਉਹ ਪੜ੍ਹਦਾ ਸੀਗਾ, ਅਤੇ ਉਹਨੇ ਮੈਨੂੰ ਉੱਥੋਂ ਫੋਨ ਕੀਤਾ ਕਿ ਸਰ ਇਹਨੂੰ ਨਾ ਕਾਲਜ ਵਾਲਿਆਂ ਨੂੰ ਮਾੜਾ ਜਿਹਾ ਕਹੋ ਮੈਨੂੰ ਨਾ ਕਲਾਸਾਂ ਵੀਕਐਂਡ 'ਤੇ ਲਵਾ ਦੇਣ। ਅਤੇ ਯਾਰ ਇਹ ਵੀਕਐਂਡ 'ਤੇ ਕਲਾਸਾਂ ਨਹੀਂ ਕਾਲਜ ਨੇ ਲਵਾ ਕੇ ਦੇਣੀਆਂ, ਅਤੇ ਤੂੰ ਕੁਛ ਹੋਰ ਇੰਤਜ਼ਾਮ ਕਰ ਲਾ ਸਰ, ਫਿਰ ਮੇਰੀ ਫੀਸ ਦਾ ਰੀਫੰਡ ਲੈ ਦਿਓ, ਮੈਂ ਤਾਂ CDI ਕਾਲਜ ਚਲ ਜਾਵਾਂਗਾ। ਤੇਰੀ ਮਰਜ਼ੀ ਹੈ ਭਰਾ, ਉੱਥੇ ਇੱਕ ਲੀਗਲ ਪ੍ਰੋਸੀਜਰ ਹੈ, ਆਪਣਾ ਐਪਲੀਕੇਸ਼ਨ ਫੋਰਮ ਭਰ, ਰੀਫੰਡ ਫੋਰਮ ਭਰ, ਕਾਲਜ ਵਾਲਿਆਂ ਨੂੰ ਜਮ੍ਹਾਂ ਕਰਾ, ਆਪਣਾ ਰੀਫੰਡ ਲੈ ਲੈ, ਨਾ ਮੈਨੂੰ ਉਹਦੇ 'ਚ ਕੋਈ ਪ੍ਰੋਬਲਮ ਹੈ, ਨਾ ਕਾਲਜ ਨੂੰ ਕੋਈ ਪ੍ਰੋਬਲਮ। ਕੱਲ੍ਹ ਨੂੰ ਜਦੋਂ ਕੋਈ ਕਾਲਜ ਬਾਈ ਚਾਂਸ ਜਿਹੜਾ ਤੈਨੂੰ ਵੀਕਐਂਡ ਕਲਾਸਾਂ ਦਿੰਦਾ ਜਾਂ ਹੋਰ ਕੁਛ ਕਰਦਾ, ਕਿਸੇ ਰੀਜ਼ਨ ਕਰਕੇ ਉਹ ਕਾਲਜ ਬੰਦ ਹੁੰਦਾ ਜਾਂ ਸਸਪੈਂਡ ਹੁੰਦਾ, ਫਿਰ ਉਹਦਾ ਜ਼ਿੰਮੇਵਾਰ ਤੂੰ ਹੀ ਹੋਏਗਾ, ਫਿਰ ਉਹਦਾ ਜ਼ਿੰਮੇਵਾਰ ਤੂੰ ਕਿਸੇ ਹੋਰ ਨੂੰ ਨਹੀਂ ਕਹਿ ਸਕਦਾ। ਅੱਜ ਤੂੰ ਕਿਉਂ ਕਿਸੇ ਕਾਲਜ ਜਾਣਾ ਕਿ ਭਾਜੀ ਉਹ ਦੋ ਦਿਨ ਕਲਾਸਾਂ ਲਾਉਂਦਾ, ਮੈਂ ਟੋਰੋਂਟੋ 'ਚ 5 ਦਿਨ ਰਹਿ ਕੇ ਉੱਥੇ ਆ ਜਾਊਂਗਾ। ਸੋ ਕਿਤੇ ਨਾ ਕਿਤੇ ਘੁੰਮ ਫਿਰ ਕੇ ਕਸੂਰ ਸਟੂਡੈਂਟ ਦਾ ਵੀ ਓਨਾ ਹੀ ਹੈ, ਕਸੂਰ ਏਜੰਟ ਦਾ ਵੀ ਓਨਾ ਹੀ ਹੈ। ਏਜੰਟ ਕਹਿੰਦਾ ਜੇ ਫੀਸ $4,000 ਦਊਂਗਾ ਤਾਂ ਬਾਕੀ ਪੈਸੇ ਜਿਹੜੇ ਬਚਣਗੇ ਉਹ ਮੈਂ ਆਪਣੀ ਜੇਬ 'ਚ ਰੱਖ ਲਵਾਂਗਾ। ਸੋ ਅਲਟੀਮੇਟਲੀ ਸਾਰੇ ਜਣੇ ਸਾਰਿਆਂ ਦੀ ਮਿਲੀ ਭਗਤ ਦੇ ਨਾਲ ਹੀ ਸਾਰਾ ਕੁਛ ਹੁੰਦਾ ਵਾ। ਕਿਸੇ ਨੇ ਐਕਸਪੈਕਟ ਨਹੀਂ ਸੀ ਕੀਤਾ ਕਿ ਕਾਲਜਸ ਦੇ ਨਾਲ ਇੱਦਾਂ ਦਾ ਕੁਛ ਹੋਊਗਾ, ਬਟ ਐਕਸਪੈਕਟ ਦੀ ਅਨਐਕਸਪੈਕਟਡ ਇਜ਼ ਵਾਟ ਯੂ ਸੇ। ਔਰ ਜਦੋਂ ਤੁਸੀਂ ਇੱਕ ਸਰਟਨ ਲੈਵਲ ਤੋਂ ਵੱਧ ਉਸ ਤੋਂ ਬਾਅਦ ਹੈ ਨਾ ਕੋਈ ਕੰਮ ਖਰਾਬ ਕਰੋਗੇ ਤਾਂ ਗਵਰਨਮੈਂਟ ਐਂਡ ਪੋਲਿਸੀਜ਼ ਐਂਡ ਰੈਗੂਲੇਟਰਸ ਜਿਹੜੇ ਹੈਗੇ ਉਹਦੇ ਵਿੱਚ ਜ਼ਰੂਰ ਵੜਨਗੇ ਔਰ ਵੜ ਕੇ ਇਹਨੂੰ ਰੋਕਣਗੇ ਤਾਂ ਜੋ ਤੁਹਾਡਾ ਸਾਰਾ ਕੁਝ ਠੀਕ ਤਰੀਕੇ ਨਾਲ ਚੱਲਦਾ ਰਹੇ ਜੀ। ਸੋ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਦੱਸ ਦੇ ਕਿ ਓਮ ਗਲੋਬਲ ਤੋਂ ਪੁਨੀਤ ਖੰਨਾ ਜੀ ਗੱਲਬਾਤ ਕਰ ਰਹੇ ਨੇ। ਅੱਜ ਬਠਿੰਡਾ ਆਫਿਸ ਇਹਨਾਂ ਦੇ ਅਸੀਂ ਆਏ ਹੋਏ ਸੀ। ਬਠਿੰਡਾ ਆਫਿਸ ਹਜੇ ਹੁਣ ਸਟਾਰਟ ਕੀਤਾ ਹੈ ਕਿਉਂਕਿ ਮਾਲਵੇ ਤੋਂ ਬਹੁਤ ਸਾਰੇ ਵਿਦਿਆਰਥੀ ਸੀ ਜਿਨ੍ਹਾਂ ਦੀ ਡਿਮਾਂਡ ਸੀ ਕਿ ਅਸੀਂ ਚੰਡੀਗੜ੍ਹ ਆਉਂਦੇ ਹਾਂ, ਅਸੀਂ ਜਲੰਧਰ ਆਉਂਦੇ ਹਾਂ, ਸਾਨੂੰ ਬਹੁਤ ਲੰਮੀ ਵਾਟ ਪੈਂਦੀ ਹੈ, ਤੁਸੀਂ ਬਠਿੰਡਾ ਦੇ ਵਿੱਚ ਆਫਿਸ ਖੋਲ੍ਹੋ ਤਾਂ ਕਿ ਬਠਿੰਡਾ ਦੇ ਵਿੱਚ ਮਾਲਵੇ ਦੇ ਵਿੱਚ ਤੁਹਾਡੀ ਸਰਵਿਸਿਜ਼ ਅਸੀਂ ਲੈ ਸਕੀਏ। ਸੋ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਹੈ ਬਠਿੰਡੇ ਦੇ ਵਿੱਚ। ਜਦੋਂ ਅਸੀਂ ਸਵੇਰੇ ਆਏ ਸੀ ਤਾਂ ਕਾਫੀ ਸਟੂਡੈਂਟ ਇੱਥੇ ਬੈਠੇ ਹੋਏ ਸੀ ਕਿ ਬਠਿੰਡਾ ਦੇ ਵਿੱਚ ਐਸੀ ਕੰਪਨੀ ਜਿਹਦੇ ਕੈਨੇਡਾ, ਆਸਟ੍ਰੇਲੀਆ ਜਾਂ ਹੋਰਨਾਂ ਮੁਲਕਾਂ ਦੇ ਨਾਲ ਸਿੱਧੇ ਤੌਰ 'ਤੇ ਤਾਲੁਕਾਤ ਨੇ, ਔਰ ਸਭ ਤੋਂ ਵੱਡੀ ਗੱਲ ਹੈ ਕਿ ਪੈਸਾ ਖਰਾਬ ਨਹੀਂ ਹੋਣ ਦਿੰਦੇ ਜਦੋਂ ਤੁਸੀਂ ਕਿਸੇ ਵੀ ਮੁਲਕ 'ਚ ਅਪਲਾਈ ਕਰਨਾ। ਕੈਨੇਡਾ ਜਾਣਾ ਚਾਹੁੰਦੇ ਹੋ, ਆਇਲਸ ਦੇ ਵਿੱਚੋਂ 6 ਬੈਂਡ ਹੈਗੇ ਆ, ਕਿਸੇ ਇੱਕ ਮਡਿਊਲ 'ਚੋਂ 5.5 ਬੈਂਡ ਹੈਗੇ ਆ, ਤੁਸੀਂ 100% ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। ਕੋਈ ਕੰਪਨੀ ਰਜਿਸਟ੍ਰੇਸ਼ਨ ਚਾਰਜ ਨਹੀਂ, ਕੋਈ ਆਫਰ ਲੈਟਰ ਦੀ ਫੀਸ ਨਹੀਂ, ਕੋਈ ਕਾਲਜ ਦੀ ਫੀਸ ਨਹੀਂ, ਸਾਰੇ ਦੇ ਸਾਰੇ ਪੈਸੇ, ਮਤਲਬ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। ਤੁਸੀਂ ਰਿਫਿਊਜ਼ ਹੋ ਚੁੱਕੇ ਹੋ ਪਹਿਲਾਂ 1 ਵਾਰ 2 ਵਾਰ 3 ਵਾਰ, ਫਿਰ ਵੀ ਓਮ ਗਲੋਬਲ ਕੋ ਆ ਕੇ ਅਪਲਾਈ ਕਰ ਸਕਦੇ ਹੋ। ਅਜੀਤ ਰੋਡ 'ਤੇ ਇਹਨਾਂ ਦਾ ਆਫਿਸ ਆ। ਓਮ ਗਲੋਬਲ ਨੂੰ ਮਿਲਣ ਲਈ ਕਾਲ ਕਰ ਸਕਦੇ ਹੋ 9216192161 ਟੀਵੀ ਸਕਰੀਨ 'ਤੇ ਨੰਬਰ ਇਸੇ ਕਰਕੇ ਚਲਾ ਰਹੇ ਹਾਂ ਤਾਂ ਕਿ ਤੁਸੀਂ ਨੰਬਰ ਨੋਟ ਕਰ ਸਕੋ। ਕਈ ਵਾਰ ਜਲਦਬਾਜ਼ੀ 'ਚ ਨੰਬਰ ਨਹੀਂ ਨੋਟ ਹੋ ਪਾਉਂਦਾ ਤਾਂ ਟੀਵੀ ਸਕਰੀਨ 'ਤੇ ਜਦੋਂ ਨੰਬਰ ਆਉਂਦਾ ਦੀ ਫੋਟੋ ਖਿੱਚ ਕੇ ਮੋਬਾਈਲ 'ਚ ਰੱਖ ਲਓ। 9216192161
9216792169169. ਓਮ ਗਲੋਬਲ ਤੋਂ ਪੁਨੀਤ ਖੰਨਾ ਜੀ ਗੱਲਬਾਤ ਕਰ ਰਹੇ ਨੇ। ਸੋ ਖੰਨਾ ਸਾਹਿਬ, ਤੁਸੀਂ ਕਹਿ ਰਹੇ ਹੋ ਕਿ 10 ਕਾਲਜ ਦੀ ਟੈਂਪਰੇਰੀ ਸਸਪੈਂਸ਼ਨ ਹੋਈਆਂ ਸੀ, ਕਿਤੇ ਨਹੀਂ ਲਿਖਿਆ ਕਿ 31 ਮਾਰਚ ਨੂੰ ਅਸੀਂ ਰਿਜ਼ਲਟ ਆਵਾਂਗੇ। ਸੋ ਇਹ ਬੱਚਾ ਜਨਵਰੀ ਤੋਂ ਲੈ ਕੇ ਮਾਰਚ ਤੱਕ 3 ਮਹੀਨੇ ਵੇਟ ਕੀਤੀ ਜੀ। ਹੋ ਸਕਦਾ ਹੈ 2-3 ਮਹੀਨੇ ਹੋਰ ਵੇਟ ਕਰਨੀ ਪੈ ਜਾਵੇ, ਪਰ ਇੰਨਾ ਬੱਚਾ ਹੁਣ ਬੱਚਾ ਫਰਸਟ੍ਰੇਟਿਡ ਹੋ ਚੁੱਕਿਆ। ਅਸੀਂ ਕੱਲ੍ਹ ਵੀ ਦੇਖਿਆ ਹੈ ਸ਼ਾਂਤੀਪੂਰਵਕ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕੀਤਾ ਕਿ ਸਾਡੇ ਜਲਦੀ ਸਾਡੀ PPR ਰਿਕੁਐਸਟਾਂ ਦਿਓ, ਸਾਡੇ ਡਿਸੀਜਨਸ ਦਿਓ, ਸਾਡੇ ਰਿਜ਼ਲਟਸ ਦਿਓ। ਪਰ ਇੱਕ ਚੀਜ਼ ਹੋਰ ਪੁੱਛਣੀ ਚਾਹੂੰਗਾ ਕਿ ਜਿਹੜੇ ਬੱਚਿਆਂ ਦੇ ਆਲਰੇਡੀ ਕੇਸ ਲੱਗੇ ਹੋਏ ਨੇ ਹਾਈ ਕਮਿਸ਼ਨ ਦੇ ਵਿੱਚ, ਫਾਈਲ ਸਬਮਿਟ ਆ, ਕੀ ਉਹ ਰਿਜ਼ਲਟ ਆਉਣ ਤੋਂ ਪਹਿਲਾਂ ਕਾਲਜ ਚੇਂਜ ਕਰ ਸਕਦੇ ਆ? ਦੇਖੋ, ਬਿਲਕੁਲ ਕਰ ਸਕਦੇ ਆ। ਇਨਫੈਕਟ ਮੈਂ ਕੁਛ ਸਟੂਡੈਂਟਸ ਦਾ ਕਰਵਾਇਆ ਵੀ ਹੈ। ਅੰਬੈਸੀ ਦੀ ਗਾਈਡਲਾਈਨਸ ਪੜ੍ਹੋ, CIC ਦੀ ਵੈਬਸਾਈਟ 'ਤੇ ਚਲ ਜਾਓ, ਉੱਥੇ ਲਿਖਿਆ ਹੋਇਆ ਬੜਾ ਕਲੀਅਰ ਕੱਟ। ਔਰ ਪਿੱਛੇ ਜਿਸ ਵੈਬੀਨਾਰ ਕੀਤਾ ਸੀਗਾ ਇੱਕ ਕੈਂਡੀਡੇਟ ਹਾਈ ਕਮਿਸ਼ਨ, ਉਸ ਵੈਬੀਨਾਰ 'ਚ ਉਹਨਾਂ ਨੇ ਦੱਸਿਆ ਕਿ ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਹੈ, ਕਿਸੇ ਰੀਜ਼ਨ ਕਰਕੇ ਤੁਸੀਂ ਕਾਲਜ ਬਦਲਣਾ ਚਾਹੁੰਦੇ ਹੋ, ਕਿ ਇਨਟੇਕ ਸੀਗਾ, ਇਨਟੇਕ ਲੰਘ ਗਿਆ, ਨਵੇਂ ਇਨਟੇਕ ਦੇ ਵਿੱਚ ਕਾਲਜ ਕੋਲ ਉਹ ਵਾਲਾ ਕੋਰਸ ਨਹੀਂ ਹੈਗਾ, ਜਾਂ ਫੋਰ ਵਟ ਐਵਰ ਰੀਜ਼ਨ ਕਿਸੇ ਕਾਰਨ ਕਰਕੇ ਤੁਸੀਂ ਆਪਣਾ ਕੋਰਸ ਚੇਂਜ ਕਰਨਾ ਚਾਹੁੰਦੇ ਹੋ, ਕਾਲਜ ਚੇਂਜ ਕਰਨਾ ਚਾਹੁੰਦੇ ਹੋ, ਫਾਈਲ ਅੰਬੈਸੀ ਦੇ ਵਿੱਚ ਲੱਗੀ ਹੈ, ਆਪਣਾ ਵੈਬ ਫਾਰਮ ਰੇਜ਼ ਕਰੋ, ਨਵਾਂ LOA ਨਵੇਂ ਕਾਲਜ ਯੂਨੀਵਰਸਿਟੀ ਦਾ ਉਹਨਾਂ ਨੂੰ ਸੈਂਡ ਕਰ ਦਿਓ, ਤੁਹਾਡੀ ਐਪਲੀਕੇਸ਼ਨ ਨਵੇਂ LOA ਨਵੇਂ ਕੋਰਸ ਦੇ ਹਿਸਾਬ ਨਾਲ ਅਸੈਸ ਹੋਣੀ ਸ਼ੁਰੂ ਹੋ ਜੂਗੀ। ਸੋ ਕੋਈ ਵੀ ਸਟੂਡੈਂਟ ਜੇ ਤੁਹਾਨੂੰ ਲੱਗਦਾ, ਦੇਖੋ ਤੁਹਾਡਾ ਰਿਜ਼ਲਟ ਕੱਲ੍ਹ ਆਉਣਾ ਕਿ 1 ਮਹੀਨੇ ਬਾਅਦ ਆਉਣਾ ਕਿ 6 ਮਹੀਨੇ ਬਾਅਦ ਆਉਣਾ, ਇਸ ਬਾਰੇ ਕਿਸੇ ਨੂੰ ਨਹੀਂ ਪਤਾ, ਔਰ ਕਿਸੇ ਨੇ ਤੁਹਾਨੂੰ ਇਸ ਬਾਰੇ ਜਵਾਬ ਨਹੀਂ ਦੇਣਾ। ਜੇ ਤੁਹਾਡੇ ਕੰਸਲਟੈਂਟ ਨੇ ਤੁਹਾਨੂੰ ਰੋਕਿਆ, ਤੁਸੀਂ ਸੈਟਿਸਫਾਈ ਹੋ, ਬਹੁਤ ਵਧੀਆ ਗੱਲ ਹੈ, ਰੁਕੇ ਰਹੋ ਜਿੰਨੀ ਦੇਰ ਤੱਕ ਤੁਹਾਡਾ ਰਿਜ਼ਲਟ ਨਹੀਂ ਆਉਂਦਾ, ਨਹੀਂ ਤਾਂ ਉਹਨੂੰ ਹੀ ਜਾ ਕੇ ਕਹਿ ਦਿਓ ਕਿ ਭਾਈ ਮੇਰਾ ਕਾਲਜ ਚੇਂਜ ਕਰਾ ਦੇ, ਮੇਰਾ ਵੈਬ ਫਾਰਮ ਰੇਜ਼ ਕਰਾ ਕੇ ਉੱਥੇ ਦੂਸਰੀ LOA ਭੇਜ ਦੇ, ਤਾਂ ਜੋ ਮੇਰਾ ਰਿਜ਼ਲਟ ਆ ਸਕੇ। ਨਹੀਂ ਤੁਹਾਡਾ ਕੋਈ ਗੱਲ ਬਣਦੀ, ਨਹੀਂ ਕੋਈ ਸਮਝ ਲੱਗਦੀ, ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਦੱਸ ਦਾਂਗਾ ਕਿ ਕੀ ਪ੍ਰੋਸੀਜਰ ਹੈ ਕੀ ਨਹੀਂ। ਕੋਈ ਪੈਸੇ ਨਹੀਂ ਲੱਗਦੇ ਇਹਦੇ ਵਿੱਚ, ਹਾਂ ਇਹ ਪ੍ਰੋਬਲਮ ਤੁਹਾਨੂੰ ਜ਼ਰੂਰ ਆ ਸਕਦੀ ਹੈ, ਤੁਸੀਂ ਕਾਲਜ ਨੂੰ ਪੈਸੇ ਭੇਜੇ ਹੋਏ ਆ, ਹੁਣ ਉੱਥੋਂ ਰੀਫੰਡ ਆਊਗਾ, ਦੂਜੇ ਕਾਲਜ ਦੀ LOA ਲਓਗੇ। ਸੋ ਇਹ ਸਾਰੇ ਸਿਸਟਮ ਨੂੰ ਹੋ ਸਕਦਾ ਤੁਹਾਨੂੰ ਪ੍ਰੋਬਲਮ ਆ ਸਕਦੀ ਹੋਵੇ, ਅਦਰਵਾਈਜ਼ ਵੈਬ ਫਾਰਮ ਈਜ਼ੀਲੀ ਔਨਲਾਈਨ ਬਹਿ ਕੇ ਤੁਸੀਂ ਆਪ ਰੇਜ਼ ਕਰ ਸਕਦੇ ਹੋ, ਆਪਣੀ ਨਵੀਂ LOA ਅੰਬੈਸੀ ਨੂੰ ਭੇਜ ਸਕਦੇ ਹੋ। ਉਹਦੇ 'ਚ ਪ੍ਰੋਬੇਬਿਲਟੀ ਬਹੁਤ ਜ਼ਿਆਦਾ ਕਿ ਤੁਹਾਡਾ ਜਿਹੜਾ ਰਿਜ਼ਲਟ ਹੈ ਜਿਹੜਾ ਅੱਜ ਅਨਸਰਟਨ ਟਾਈਮ ਪੀਰੀਅਡ ਤੱਕ ਰੁਕਿਆ ਹੋਇਆ, ਉਹ ਹੋ ਸਕਦਾ ਰਿਜ਼ਲਟ ਹਫ਼ਤੇ 'ਚ ਆ ਜਾਏ ਜਾਂ 15 ਦਿਨ 'ਚ। ਅੱਛਾ ਖੰਨਾ ਸਾਹਿਬ, ਇੱਕ ਚੀਜ਼ ਹੋਰ ਦੱਸੋ, ਬੜੀ ਇੰਟਰਸਟਿੰਗ ਚੀਜ਼ ਸਾਹਮਣੇ ਆਈ, ਤੁਸੀਂ ਕਹਿਤਾ ਜੀ ਵੈਬ ਫਾਰਮ ਉੱਥੇ ਤੁਸੀਂ ਜਨਰੇਟ ਕਰ ਲਓ, ਨਵਾਂ LOA ਜਿਹੜਾ ਉਹ ਅਪਲੋਡ ਕਰ ਦਿਓ, ਤੁਹਾਡਾ ਰਿਜ਼ਲਟ ਜਲਦੀ ਆ ਜਾਊਗਾ, ਅਤੇ ਜੇ ਨਹੀਂ ਸਮਾਂ ਆਉਂਦਾ ਤਾਂ ਮੇਰੇ ਕੋਲ ਆ ਜਾਓ, ਓਮ ਗਲੋਬਲ ਕੋਲ ਅਸੀਂ ਕਰਵਾ ਦਾਂਗੇ। ਹੁਣ ਸਵਾਲ ਇਹ ਹੈ ਕਿ ਤੁਸੀਂ ਜਦੋਂ ਤੁਹਾਡੇ ਕੋਈ ਬੱਚਾ ਆਉਂਦਾ ਹੈ ਪਹਿਲੀ ਵਾਰ, ਤੁਸੀਂ ਕਹਿੰਦੇ ਜੀ ਅਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ, ਹੁਣ ਬੱਚੇ ਦੀ ਫੀਸ ਕਿਊਬੈਕ 'ਚ ਫਸੀ ਹੋਈ ਹੈ, ਜੇ ਤੁਹਾਡੇ ਕੋਲ ਆ ਕੇ ਦੁਬਾਰਾ ਕਹਿੰਦਾ ਕਿ ਸਰ ਮੇਰਾ ਕਾਲਜ ਚੇਂਜ ਕਰਾ ਦਿਓ, ਕਿ ਬੱਚੇ ਨੂੰ ਪੈਸੇ ਦੇਣੇ ਪੈਣਗੇ ਨਵੇਂ ਦੂਸਰੇ ਕਾਲਜ ਦੇ, ਜਾਂ ਉਹਦੇ ਕੋਲ ਵੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਲਓਗੇ? ਬਿਲਕੁਲ, ਦੇਖੋ ਜਿਹੜੀ ਪਾਲਿਸੀ ਹੈਗੀ ਆ ਉਹ ਸੇਮ ਹੈ ਸਾਰਿਆਂ ਲਈ, ਪੈਸੇ ਉਹਦੇ ਤੋਂ ਵੀ ਵੀਜ਼ਾ ਲੱਗਣ ਤੋਂ ਬਾਅਦ ਹੀ ਲਿੱਤੇ ਜਾਣਗੇ, ਬਟ ਜਿਹੜੇ ਕਾਲਜ 'ਚ ਉਹਦੇ ਪੈਸੇ ਫਸੇ ਹੋਏ ਆ ਉਹ ਪੈਸੇ ਤਾਂ ਉਹਨੂੰ ਆਪ ਵਾਪਸ ਮੰਗਾਉਣੇ ਪੈਣੇ ਨਾ। ਅਸੀਂ ਤਾਂ ਜੇ ਤੁਹਾਡਾ ਵੀਜ਼ਾ ਲੈ ਲਿਆ ਜਿਸ ਦਿਨ ਤੁਹਾਡਾ ਵੀਜ਼ਾ ਹੈਗਾ, ਅਸੀਂ ਤੁਹਾਨੂੰ ਉਸ ਦਿਨ ਕਹਿਣਾ ਕਿ ਭਾਈ ਆਹ ਤੇਰਾ ਪਾਸਪੋਰਟ, ਸਾਨੂੰ ਸਾਡੇ ਪੈਸੇ ਦੇ ਦੇ। ਇਹ ਨਹੀਂ ਹੈਗਾ ਕਿ ਜੇ ਤੁਹਾਡੇ ਪੈਸੇ ਆਲਰੇਡੀ ਕਿਸੇ ਕਾਲਜ 'ਚ ਫਸੇ ਹੋਏ ਆ, ਅਸੀਂ ਤੁਹਾਨੂੰ ਕਹੀਏ ਕਿ ਨਹੀਂ ਜੀ ਸਾਨੂੰ ਪਹਿਲਾਂ ਪੈਸੇ ਦਿਓ ਫਿਰ ਅਸੀਂ ਤੁਹਾਡਾ ਪ੍ਰੋਸੈਸ ਕਰਾਂਗੇ। ਐਬਸੋਲੂਟਲੀ ਨੋਟ, ਪ੍ਰੋਸੀਜਰ ਉਹੀ ਹੈ, ਸਟੈਪਸ ਉਹੀ ਨੇ, ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਮਤਲਬ ਵੀਜ਼ਾ ਲੱਗਣ ਤੋਂ ਬਾਅਦ, ਬਟ ਜਦੋਂ ਤੁਹਾਡਾ ਇਹ ਵੀਜ਼ਾ ਆ ਗਿਆ, ਕਿਉਂਕਿ ਉਸ ਚੀਜ਼ ਨੂੰ ਪੁਰਾਣੇ ਰੀਫੰਡ ਨੂੰ ਆਪਣੇ ਨੂੰ ਤੁਹਾਨੂੰ ਆਪ ਪ੍ਰੋਸੈਸ ਕਰਾਉਣਾ ਪੈਣਾ, ਜਾਂ ਆਪਣੇ ਪੁਰਾਣੇ ਕੰਸਲਟੈਂਟ ਤੋਂ ਪ੍ਰੋਸੈਸ ਕਰਾਉਣਾ ਪੈਣਾ ਕਿ ਕਿੰਨੀ ਦੇਰ 'ਚ ਮੇਰਾ ਵਾਪਸ ਆ ਜੂਗਾ। ਸਾਡੇ ਕੋਲੋਂ ਵੀਜ਼ਾ ਆਉਂਦਾ, ਅਸੀਂ ਸਾਨੂੰ ਕੋਈ ਐਡੀ ਕਾਹਲੀ ਨਹੀਂ ਹੈਗੀ, ਇਹ ਹਫ਼ਤਾ 10 ਦਿਨ ਵੇਟ ਵੀ ਕਰ ਲਾਂਗੇ ਕਿ ਹਾਂ ਤੁਹਾਡੇ ਪੈਸੇ ਆਉਣ ਵਾਲੇ ਹੈਗੇ ਆ, ਉਸ ਤੋਂ ਬਾਅਦ ਲੈ ਲਾਂਗੇ। ਪੈਸੇ ਪੈਸੇ ਕਿਤੇ ਨਹੀਂ ਜਾਂਦੇ ਕੈਨੇਡਾ ਦੇ ਵਿੱਚ, ਜਿਹੜੇ ਕਾਲਜਸ ਨੇ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਗੌਰਮੈਂਟ ਕਾਲਜਸ ਹੈ, ਕਿਤੇ ਨਾ ਕਿਤੇ ਉਹ ਪੈਸੇ ਤੁਹਾਡੇ ਸਿਕਿਉਰਡ ਨੇ। ਬਟ ਮੰਗਾ ਲਓ ਜਿੰਨੀ ਜਲਦੀ ਮੰਗਾ ਸਕਦੇ ਹੋ, ਜੇ ਤੁਸੀਂ ਇਹਨੂੰ ਵੈਬ ਫਾਰਮ ਨੂੰ ਰੇਜ਼ ਕਰਕੇ ਨਵੇਂ LOA ਅਪਲਾਈ ਕਰਕੇ ਆਪਣਾ ਰਿਜ਼ਲਟ ਦੇਖਣਾ ਚਾਹੁੰਦੇ ਹੋ, ਇੰਤਜ਼ਾਰ ਕਰਨਾ ਚਾਹੁੰਦੇ ਹੋ, ਦੈਨ ਰੱਬ ਹੀ ਰਾਖਾ ਭਾਈ ਕਿ ਕਿੰਨੀ ਦੇਰ 'ਚ ਰਿਜ਼ਲਟ ਤੁਹਾਨੂੰ ਆਉਂਦਾ, ਕਿੰਨੀ ਦੇਰ 'ਚ ਨਹੀਂ ਆਉਂਦਾ। ਪਰ ਵੈਸੇ ਅਗਰ ਆਪਾਂ ਅਮੂਮਨ ਗੱਲ ਕਰੀਏ
ਤੇ ਕਿਸ ਤਰ੍ਹਾਂ ਨਤੀਜੇ ਆ ਰਹੇ ਨੇ ਇਸ ਟਾਈਮ? ਰਿਫਿਊਜ਼ਲਸ ਆ ਰਹੀਆਂ ਨੇ ਕਿ ਵੀਜ਼ੇ ਆ ਰਹੇ ਨੇ ਤੁਹਾਡੇ ਕੋਲ ਤਾਂ 20-25 ਫਾਈਲਾਂ ਮੈਂ ਵੇਖ ਲਈਆਂ ਜੀ, ਬਟ ਮਾਰਕੀਟ ਦੀ ਗੱਲ ਕੀ ਕਹਿੰਦੀ ਹੈ? ਦੇਖੋ ਵੀਜ਼ਾ ਅਤੇ ਰਿਫਿਊਜ਼ਲ ਦੋਨੋਂ ਜੇ ਕੰਬਾਈਨ ਕਰ ਦਈਏ ਤਾਂ ਹਾਈ ਕਮਿਸ਼ਨ ਦਾ ਰਿਜ਼ਲਟ ਬਣਦਾ ਹੈ ਨਾ। ਕਿਸੇ ਵੀ ਹਾਈ ਕਮਿਸ਼ਨ ਨੇ ਅੱਜ ਤੱਕ 100% ਵੀਜ਼ਾ ਨਹੀਂ ਦਿੱਤਾ ਜਾਂ 100% ਰਿਫਿਊਜ਼ਲ ਨਹੀਂ ਦਿੱਤੀ। ਜੇ ਮੈਂ ਆ ਤੁਹਾਨੂੰ ਦਿਖਾਉਣ ਨੂੰ ਬੈਠਾ ਕਿ ਜੀ ਆ ਮੇਰੇ ਕੋਲ 20-25 PPR ਪਾਸਪੋਰਟ ਰਿਕੁਐਸਟਾਂ ਆਈਆਂ ਹੈ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੇਰੇ ਕੋਲ ਹੋਰ ਕੋਈ ਰਿਫਿਊਜ਼ਲ ਹੀ ਨਹੀਂ ਆਈ। ਇਹਦੇ ਮਗਰ ਹੋ ਸਕਦਾ 10 ਰਿਫਿਊਜ਼ਲਾਂ ਵੀ ਮੇਰੀਆਂ ਆਈਆਂ ਹੋਣ, ਬਟ ਉਹ 10 ਰਿਫਿਊਜ਼ਲ ਦਾ ਮਤਲਬ ਇਹ ਹੈ ਕਿ ਉਹ ਦੁਬਾਰਾ ਫਾਈਲਾਂ ਮੈਸੇਜ ਜਾਣਗੇ, ਉਹਦੇ 'ਤੇ ਕੰਮ ਹੋਊਗਾ ਕਿ ਕਿੱਥੇ ਪ੍ਰੋਫਾਈਲ ਦੇ ਵਿੱਚ ਕੋਈ ਗਲਤੀ ਰਹਿ ਗਈ, ਕਿਤੇ ਕੋਈ ਕੋਰਸ ਚੂਜ਼ ਕਰਨ ਦੇ ਵਿੱਚ ਕੋਈ ਚੀਜ਼ ਮਿਸ ਕਰ ਗਏ, ਜਾਂ ਕਈ ਵਾਰੀ ਪ੍ਰੋਫਾਈਲ ਠੀਕ ਹੈ, ਸਾਰਾ ਕੁਝ ਠੀਕ ਹੈ, ਵੀਜ਼ਾ ਆਫਿਸਰ ਨੇ ਰਿਫਿਊਜ਼ ਕਰ ਦਿੱਤਾ, ਕਿਸ ਤਰੀਕੇ ਦੇ ਨਾਲ ਉਹ ਫਾਈਲ ਦੁਬਾਰਾ ਮੈਸੇਜ ਜਾਣੀ ਹੈ, ਕੋਈ ਹੋਰ ਐਡੀਸ਼ਨਲ ਡਾਕੂਮੈਂਟ ਨਾਲ ਦੇਣਾ, ਕੋਈ ਹੋਰ SOP ਦੇ ਵਿੱਚ ਕੋਈ ਐਡੀਸ਼ਨ ਸਬਟ੍ਰੈਕਸ਼ਨ ਕਰਨੀ ਹੈ, ਸੋ ਉਹ ਪ੍ਰੋਸੈਸ ਚੱਲਦਾ ਰਹਿੰਦਾ। ਸੋ ਵੀਜ਼ਾਸ ਐਂਡ ਰਿਫਿਊਜ਼ਲਸ ਦੋਨੋਂ ਆ ਰਹੀ ਹੈ, ਬਟ ਕਿਤੇ ਨਾ ਕਿਤੇ ਜੇ ਪਰਸੈਂਟੇਜ ਵਾਈਜ਼ ਕੈਲਕੂਲੇਟ ਕਰਾਂ, ਕਿਉਂਕਿ ਬਹੁਤ ਵਾਰੀ ਹੁੰਦਾ ਸਟੂਡੈਂਟ ਕਹਿੰਦਾ ਭਾਅ ਜੀ ਕਿੰਨੇ % ਚਾਂਸ ਹੈਗੇ ਮੇਰਾ ਵੀਜ਼ਾ ਆਉਣ ਦੇ, ਸੋ ਇਸ ਵੇਲੇ ਅੰਬੈਸੀ ਦਾ ਸਕਸੈਸ ਰੇਟ ਜਿਹੜਾ ਹੈਗਾ ਕਿਸੇ ਵੀ ਹਾਲ 'ਚ 70% ਤੋਂ ਥੱਲੇ ਤਾਂ ਨਹੀਂ ਹੈਗਾ, ਕਿ ਜੇ 10 ਫਾਈਲਾਂ ਅੰਬੈਸੀ ਜਾ ਰਹੀਆਂ ਤਾਂ ਉਹ 'ਚ 7 ਤੋਂ 8 ਤਾਂ ਵੀਜ਼ਾ ਗਰਾਂਟ ਹੀ ਨੇ ਜੀ। ਸੋ ਕਹਿੰਦਾ ਸਾਹਿਬ ਦੋ ਸਵਾਲ ਮੇਰੇ ਕੋਲ ਹੋਰ ਨੇ। ਇੱਕ ਸਵਾਲ ਤਾਂ ਇਹ ਪੁੱਛਣਾ ਚਾਹੂੰਗਾ ਕਿ ਸਤੰਬਰ 2021, ਅੱਜ ਅਸੀਂ ਅਪ੍ਰੈਲ 'ਚ ਬੈਠੇ ਹਾਂ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, 5 ਮਹੀਨੇ ਬਾਅਦ ਨਵਾਂ ਇਨਟੇਕ ਸ਼ੁਰੂ ਹੋ ਰਿਹਾ, ਜਿਹੜਾ ਸਤੰਬਰ ਦੀ ਗੱਲ ਕਰ ਲਈਏ, ਸਤੰਬਰ 21 ਅਤੇ ਜਨਵਰੀ 22, ਕੀ ਇਹਦੇ ਲਈ ਸੀਟਾਂ ਬਚੀਆਂ? ਕਿਉਂਕਿ ਬਹੁਤ ਸਾਰੇ ਕੰਸਲਟੈਂਟ ਆ ਕੇ ਟੀ ਵੀ 'ਤੇ ਕਹਿੰਦੇ ਪਏ ਆ ਕਿ ਸੀਟਾਂ ਪੂਰੀਆਂ ਹੋ ਗਈਆਂ ਨੇ, ਫੁੱਲ ਹੁੰਦੀਆਂ ਜਾ ਰਹੀਆਂ ਨੇ, ਪਹਿਲਾ ਸਵਾਲ। ਦੂਸਰਾ ਸਵਾਲ ਇਹ ਕਿ ਪੰਜਾਬ ਦੇ ਬਹੁਤੇ ਬੱਚੇ ਇਹੋ ਜਿਹੇ ਵੀ ਆ ਜਿਨ੍ਹਾਂ ਨੇ 12ਵੀਂ ਓਪਨ ਬੋਰਡ ਤੋਂ ਪਾਸ ਕੀਤੀ ਹੈ, ਪਰ ਆਈਲੈਟਸ 'ਚ 6 ਬੈਂਡ ਹੁੰਦੇ ਆ, 7 ਬੈਂਡ ਹੁੰਦੇ, ਕੱਲ੍ਹ ਕੇਸ ਮੇਰੇ ਕੋਲ ਸਟੂਡੈਂਟ ਦਾ ਵੇਖਣ ਨੂੰ ਮਿਲਿਆ, ਬੱਚੇ ਦੇ 8 ਬੈਂਡ ਬਟ ਬੱਚੇ ਨੇ +2 ਓਪਨ ਬੋਰਡ 'ਚੋਂ ਕੀਤੀ ਹੈ, ਕੀ ਓਪਨ ਬੋਰਡ ਐਕਸੈਪਟੇਬਲ? ਦੇਖੋ ਸੀਟਾਂ ਇਹ ਕੈਨੇਡਾ ਦੀ ਅੱਜ ਨਹੀਂ, ਇਹ ਪਿਛਲੇ ਮਤਲਬ ਸਿਰਫ 2020 ਨੂੰ ਛੱਡਦੀ ਹੈ, ਉਸ ਤੋਂ ਪਹਿਲਾਂ ਤਾਂ ਹਮੇਸ਼ਾ ਹੀ ਇਹ ਸਟੋਰੀ ਰਹੀ ਹੈ ਕਿ ਸਪਤੰਬਰ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਇਹ ਮਈ ਮੂਈ 'ਚ ਹੀ ਜਾ ਕੇ ਮੁੱਕ ਜਾਂਦੀਆਂ, ਮਈ ਜੂਨ ਤੱਕ ਤਾਂ ਖਤਮ ਹੋ ਜਾਂਦਾ ਕਿ ਕੋਈ ਵੀ ਕਿਸੇ ਕਾਲਜ ਦੇ ਵਿੱਚ ਕੋਈ ਲੱਭਣਾ ਪੈਂਦਾ ਨਾ ਕਿ ਫਲਾਣੇ ਕੋਰਸ ਦਾ ਦੇਖ ਲਓ, ਸ਼ਾਇਦ ਕੋਈ 1-2 ਸੀਟਾਂ ਹੋਣ ਤਾਂ ਉਹਦੇ ਵਿੱਚ ਅਪਲਾਈ ਹੋ ਸਕਦਾ, ਬਟ ਮੇਜਰਲੀ ਇਟ ਹੈਜ਼ ਬੀਨ ਦੀ ਸਟੋਰੀ 2019 ਤੱਕ ਵੀ ਇੱਦਾਂ ਹੀ ਚੱਲਦਾ ਰਿਹਾ, 2020 ਦੇ ਵਿੱਚ ਤਾਂ ਚਲੋ ਕਹਾਣੀ ਵੱਖਰੀ ਸੀਗੀ, ਤਾਂ ਅੱਜ ਵੀ ਉਸੇ ਚੀਜ਼ ਦੇ ਉੱਤੇ ਖੜੇ ਹਾਂ ਕਿ ਬਹੁਤ ਸਾਰੇ ਕਾਲਜਿਸ ਦੇ ਵਿੱਚ ਬਹੁਤ ਸਾਰੇ ਕੋਰਸਿਸ ਆਲਰੇਡੀ ਫੁੱਲ ਹੋ ਗਏ, ਔਰ ਬਾਕੀ ਵੀ ਸਮਝ ਲਓ ਗ੍ਰੇਸ ਮਾਰਕਸ ਦੇ ਉੱਤੇ ਹੀ ਚੱਲਦੇ ਪਏ ਕਿ ਕਿਸੇ ਵੀ ਟਾਈਮ ਹੋ ਸਕਦਾ ਕਿ ਰੈਗੂਲਰ ਉਹਨਾਂ ਨੂੰ ਐਡਮਿਸ਼ਨਸ ਜਾ ਰਹੀਆਂ, ਔਰ ਇੰਡੀਆ ਤੋਂ ਹੀ ਨਹੀਂ ਸਾਰੇ ਵਰਲਡ ਤੋਂ ਐਡਮਿਸ਼ਨ ਜਾ ਰਹੀਆਂ, ਇਸ ਕਰਕੇ ਉਹਨਾਂ ਦੇ ਭਰਨ ਦੀ ਪ੍ਰੋਬੇਬਿਲਿਟੀ ਔਰ ਟਾਈਮ ਡਿਊਰੇਸ਼ਨ ਜਿਹੜਾ ਉਹ ਹੌਲੀ ਹੌਲੀ ਘੱਟਦਾ ਜਾ ਰਿਹਾ, ਬਟ ਇਹ ਕਿਤੇ ਨਹੀਂ ਹੈਗਾ ਕਿ ਹਾਂ ਤੁਹਾਨੂੰ ਸੀਟ ਹੀ ਨਹੀਂ ਮਿਲੂਗੀ ਜਾਂ ਤੁਸੀਂ ਮਹੀਨੇ ਬਾਅਦ ਆਓਗੇ ਤਾਂ ਸਪਟੰਬਰ ਇਨਟੇਕ ਬਿਲਕੁਲ ਹੀ ਖਤਮ ਹੋ ਚੁੱਕਾ ਹੋਊਗਾ। ਡੈਫੀਨੇਟਲੀ ਬਹੁਤ ਸਾਰੇ ਕਾਲਜਿਸ, ਬਹੁਤ ਸਾਰੀਆਂ ਆਪਸ਼ਨਸ ਇੱਦਾਂ ਦੀਆਂ ਹੈਗੀਆਂ ਜਿਹਦੇ ਵਿੱਚ ਤੁਹਾਨੂੰ ਸੀਟਾਂ ਅਵੇਲੇਬਲ ਹੈ, ਕਾਲਜ ਨਾਲੋਂ ਜ਼ਿਆਦਾ ਜਿਹੜੀ ਚੀਜ਼ ਦੇਖਣ ਵਾਲੀ ਹੁੰਦੀ ਹੈ ਦੈਟ ਇਜ਼ ਕੋਰਸ, ਕਿ ਤੁਸੀਂ ਕੋਰਸ ਕਿਹੜਾ ਚੁਣ ਰਹੇ ਹੋ, ਉਹ ਪੜ੍ਹਾਈ ਦੇ ਨਾਲ ਕਿੱਦਾਂ ਰਿਲੇਟਡ ਹੈਗਾ, ਕਿੱਦਾਂ ਉਹਨੂੰ ਲੈ ਕੇ ਆਪਾਂ ਅੱਗੇ ਤੋਰ ਕੇ ਇੱਕ ਚੰਗਾ ਭਵਿੱਖ ਬਣਾਵਾਂਗੇ, ਵੀਜ਼ਾ ਪ੍ਰੋਬੇਬਿਲਿਟੀ ਕਿੰਨੀ ਜ਼ਿਆਦਾ ਵਧਾ ਲਾਂਗੇ, ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਸੋ ਕਾਲਜਿਸ ਮੋਰ ਔਰ ਲੈਸ, ਬਰੈਂਪਟਨ ਨਹੀਂ ਮਿਲੂਗਾ ਤੁਹਾਨੂੰ, ਮਿਸਿਸਾਗਾ ਮਿਲ ਜੂਗਾ, ਮਿਸਿਸਾਗਾ ਨਹੀਂ ਮਿਲੂਗਾ, ਓਕਵਿਲ ਮਿਲ ਜੂਗਾ, ਮੋਰ ਔਰ ਲੈਸ ਇੰਨਾ ਕੀ ਫਰਕ ਪੈਂਦਾ, ਇਸ ਤੋਂ ਵੱਧ ਕੋਈ ਲੰਬਾ ਚੌੜਾ ਫਰਕ ਨਹੀਂ ਹੈਗਾ ਕਿ ਤੁਸੀਂ ਕਿਹੜਾ ਕਾਲਜ ਚੂਜ਼ ਕਰਨਾ। ਜਿੱਥੇ ਤੱਕ ਰਹੀ ਮਨੀ ਜੀ ਓਪਨ ਬੋਰਡ ਦੀ ਗੱਲ, ਡੈਫੀਨੇਟਲੀ ਐਕਸੈਪਟੇਬਲ ਹੈਗਾ। ਦੇਖੋ ਬਹੁਤ ਸਾਰੀਆਂ ਚੀਜ਼ਾਂ ਨਾ ਕਈ ਵਾਰੀ ਉੱਥੇ ਕਾਲਜ ਟੂ ਕਾਲਜ ਵੀ ਵੇਰੀ ਕਰਦੀਆਂ, ਪਹਿਲਾਂ ਕਾਲਜ ਟੂ ਕਾਲਜ ਵੇਰੀ ਕਿਉਂ ਕਰਦੀਆਂ ਕਿ ਕਾਲਜ ਦੀ ਮਰਜ਼ੀ ਉਹਨੇ ਐਡਮਿਸ਼ਨ ਦੇਣੀ ਹੈ ਕਿ ਨਹੀਂ ਦੇਣੀ, ਬਟ ਜੇ ਅੰਬੈਸੀ ਵੱਲੋਂ ਗੱਲ ਕਰ ਲਾਂ ਇੱਦਾਂ ਦੀ ਕੋਈ ਰੈਗੂਲੇਸ਼ਨ ਜਾਂ ਕੋਈ ਨੋਟੀਫਿਕੇਸ਼ਨ ਨਹੀਂ ਹੈਗੀ। ਅਗੇਨ ਦੇਖੋ ਮੈਂ ਬਾਰ ਬਾਰ ਕਿਉਂ ਰੈਗੂਲੇਸ਼ਨ ਜਾਂ ਨੋਟੀਫਿਕੇਸ਼ਨ ਦੀ ਗੱਲ ਕਰਦਾ, ਕਿਉਂਕਿ ਮੈਂ ਯਕੀਨ ਸਿਰਫ ਉਸ ਚੀਜ਼ 'ਤੇ ਕਰਦਾ ਜਿਹੜੀ ਮੈਂ ਲਿਖ ਕੇ ਸਾਹਮਣੇ ਦੇਖ ਲਈ ਜਾਂ ਪੜ੍ਹ ਲਈ ਕਿ ਹਾਈ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਆਹ ਚੀਜ਼ ਲਿਖੀ ਹੋਈ ਹੈ ਕਿ ਆਹ ਸਹੀ ਹੈ ਅਤੇ ਆਹ ਗਲਤ ਹੈ, ਇਹਨੂੰ ਵੀਜ਼ਾ ਮਿਲਣਾ, ਇਹਨੂੰ ਨਹੀਂ ਮਿਲਣਾ। ਜਦੋਂ ਤੱਕ ਕੁਛ ਸਾਹਮਣੇ ਨਹੀਂ ਲਿਖਿਆ ਹੋਇਆ, ਉਸ ਤੋਂ ਇਲਾਵਾ ਜੋ ਕੁਛ ਵੀ ਚੱਲ ਰਿਹਾ ਉਹ ਤੁਹਾਡੀ ਅਸੰਪਸ਼ਨ ਹੈ।
ਮੇਰੇ ਦੋ ਵੀਜ਼ੇ ਰਿਫਿਊਜ਼ ਹੋ ਗਏ ਜੀ ਓਪਨ ਬੋਰਡ ਦੇ, ਮੈਂ ਸਾਰੀ ਮਾਰਕੀਟ 'ਚ ਰੌਲਾ ਪਾ ਦੂੰਗਾ, ਉਹ ਓਪਨ ਬੋਰਡ ਦੇ ਵੀਜ਼ੇ ਨਹੀਂ ਆਉਂਦੇ, ਉਹ ਓਪਨ ਬੋਰਡ ਦੇ ਵੀਜ਼ੇ ਨਹੀਂ ਆਉਂਦੇ, ਕਿਸੇ ਹੋਰ ਬੰਦੇ ਦੇ ਦੋ ਵੀਜ਼ੇ ਲੱਗ ਗਏ ਤਾਂ ਉਹਨੇ ਸਾਰੀ ਜਗ੍ਹਾ ਰੌਲਾ ਪਾ ਦੇਣਾ, ਉਹ ਤਾਂ ਮੇਰੇ ਤਾਂ ਵੀਜ਼ੇ ਬਣਾ ਦੇ। ਸੋ ਜਿਹੜੀ ਚੀਜ਼ ਬਲੈਕ ਐਂਡ ਵਾਈਟ ਦੇ ਵਿੱਚ ਇਮੀਗ੍ਰੇਸ਼ਨ ਵੱਲੋਂ ਪ੍ਰਿੰਟਡ ਨਹੀਂ ਹੈਗੀ, ਦੈਟ ਮੀਨਸ ਉਹਨਾਂ ਵੱਲੋਂ ਕੋਈ ਮਨਾਈ ਨਹੀਂ ਹੈਗੀ। ਜਿਹੜੀ ਚੀਜ਼ ਬਲੈਕ ਐਂਡ ਵਾਈਟ 'ਚ ਉਹਨਾਂ ਨੇ ਲਿਖਤਾ ਕਿ ਇੱਦਾਂ ਨਹੀਂ ਕਰਨਾ, ਦੈਨ ਇਟ ਸੇਜ਼ ਕਿ ਇੱਦਾਂ ਨਹੀਂ ਕਰਨਾ। ਜੀ ਸੁਖਰਾ ਸਾਹਿਬ, ਸਿਰਫ ਇੱਕ ਮਿੰਟ ਦਾ ਸਮਾਂ ਬਚਿਆ, ਸਵਾਲ ਵੀ ਛੋਟਾ ਜਿਹਾ, ਹਾਂ ਨਾ ਚੀਜ਼ ਪੁੱਛੂੰਗਾ। ਕਨੇਡਾ ਜਾਣ ਵਾਲੇ ਬੱਚੇ ਓਵਰਆਲ 6 ਬੈਂਡ, ਇੱਕ ਮੋਡਿਊਲ 'ਚੋਂ 5.5 ਬੈਂਡ ਵਾਲੇ ਤਾਂ ਬਿਨਾਂ ਐਡਵਾਂਸ ਦਿੱਤੇ ਅਪਲਾਈ ਕਰ ਸਕਦੇ ਆ ਜੀ। ਹੁਣ ਬਹੁਤ ਬੱਚੇ ਇਹੋ ਜਿਹੇ ਹੋਣਗੇ ਜਿਹੜੇ ਤੁਹਾਡੇ ਵੱਖ ਵੱਖ ਦਫ਼ਤਰ, ਅੰਮ੍ਰਿਤਸਰ ਦਫ਼ਤਰ ਆ, ਜਲੰਧਰ ਦਫ਼ਤਰ ਆ, ਚੰਡੀਗੜ੍ਹ ਦਫ਼ਤਰ ਆ, ਜਾਂ ਹੁਣ ਬਠਿੰਡਾ ਦਫ਼ਤਰ ਆ, ਓਵਰਆਲ ਤਾਂ 6 ਬੈਂਡ ਆ, 1-4 5 ਬੈਂਡ ਰਹਿ ਗਏ, ਜਾਂ 5.5 ਬੈਂਡ ਓਵਰਆਲ ਰਹਿ ਗਏ, 1-4 5 ਰਹਿ ਗਏ, 5.5 ਈਚ ਰਹਿ ਗਏ, ਕੀ ਉਹ ਅਪਲਾਈ ਕਰ ਸਕਣਗੇ? ਦੇਖੋ, ਅਸੀਂ ਕਿਸੇ ਚੀਜ਼ 'ਤੇ, ਕਿਸੇ ਪ੍ਰੋਡਕਟ 'ਤੇ ਕੰਮ ਕਰਦੇ ਪਏ ਹਾਂ ਜਿਹਦੇ ਵਿੱਚ 5.5 ਬੈਂਡ ਓਵਰਆਲ ਵਾਲਾ ਸਟੂਡੈਂਟ ਵੀ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦਾ। ਸੋ ਲੈਟ ਮੀ ਫਿਨਿਸ਼ ਮਾਈ ਰਿਸਰਚ ਔਨ ਇਟ ਕਿ ਕਿਸ ਤਰੀਕੇ ਦੇ ਨਾਲ ਉਹ ਅਪਲਾਈ ਹੋਏਗਾ, ਕਿੱਦਾਂ ਉਹਦੇ ਵਿੱਚ ਰਿਜ਼ਲਟ ਓਰੀਐਂਟਡ ਕੰਮ ਹੋਊਗਾ ਕਿ ਕਿੱਦਾਂ ਉਹਦੇ ਵਿੱਚ ਰਿਜ਼ਲਟ ਲਿੱਤਾ ਜਾ ਸਕਦਾ। ਸੋ ਜੇ ਤੁਹਾਡੇ ਓਵਰਆਲ 5.5 ਬੈਂਡ ਨੇ, 1-4 5 ਰਹਿ ਗਏ, 6 ਓਵਰਆਲ ਹੈਗੇ ਆ, ਜਾਂ 2-4 5 ਆ, 6 ਓਵਰਆਲ ਆ, ਆਪਣੇ ਡਾਕੂਮੈਂਟ ਫੜ ਕੇ ਸਾਂਭ ਕੇ ਰੱਖੋ। ਪ੍ਰੋਬੇਬਲੀ ਅਗਲੇ ਸ਼ੋਅ ਤੱਕ ਅਸੀਂ ਤੁਹਾਨੂੰ ਇਹਦੀ ਸਾਰੀ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਸੁਖਨਾ ਸਾਹਿਬ, ਤੁਸੀਂ ਕਹਿ ਰਹੇ ਹੋ ਕਿ 10 ਕਾਲਜ ਦੀ ਟੈਂਪਰੇਰੀ ਸਸਪੈਂਸ਼ਨ ਹੋਈਆਂ ਸੀ, ਕਿਤੇ ਨਹੀਂ ਲਿਖਿਆ ਕਿ 31 ਮਾਰਚ ਨੂੰ ਅਸੀਂ ਰਿਜ਼ਲਟ ਆਵਾਂਗੇ। ਸੋ ਇਹ ਬੱਚਾ ਜਨਵਰੀ ਤੋਂ ਲੈ ਕੇ ਮਾਰਚ ਤੱਕ 3 ਮਹੀਨੇ ਵੇਟ ਕੀਤੀ ਜੀ, ਹੋ ਸਕਦਾ ਹੈ 2 ਮਹੀਨੇ 3 ਮਹੀਨੇ ਹੋਰ ਵੇਟ ਕਰਨੀ ਪੈ ਜਾਵੇ, ਪਰ ਇੰਨਾ ਬੱਚਾ ਹੁਣ ਬੱਚਾ ਫਰਸਟ੍ਰੇਟਿਡ ਹੋ ਚੁੱਕਿਆ। ਅਸੀਂ ਕੱਲ੍ਹ ਵੀ ਦੇਖਿਆ ਹੈ ਸ਼ਾਂਤੀਪੂਰਵਕ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕੀਤਾ ਕਿ ਸਾਡੇ ਜਲਦੀ ਸਾਡੀ PPR ਰਿਕੁਐਸਟਾਂ ਦਿਓ, ਸਾਡੇ ਡਿਸੀਜਨਸ ਦਿਓ, ਸਾਡੇ ਰਿਜ਼ਲਟਸ ਦਿਓ। ਪਰ ਇੱਕ ਚੀਜ਼ ਹੋਰ ਪੁੱਛਣੀ ਚਾਹੂੰਗਾ ਕਿ ਜਿਹੜੇ ਬੱਚਿਆਂ ਦੇ ਆਲਰੇਡੀ ਕੇਸ ਲੱਗੇ ਹੋਏ ਨੇ ਹਾਈ ਕਮਿਸ਼ਨ ਦੇ ਵਿੱਚ, ਫਾਈਲ ਸਬਮਿਟ ਆ, ਕੀ ਉਹ ਰਿਜ਼ਲਟ ਆਉਣ ਤੋਂ ਪਹਿਲਾਂ ਕਾਲਜ ਚੇਂਜ ਕਰ ਸਕਦੇ ਆ? ਦੇਖੋ, ਬਿਲਕੁਲ ਕਰ ਸਕਦੇ ਆ। ਇਨਫੈਕਟ ਮੈਂ ਕੁਛ ਸਟੂਡੈਂਟਸ ਦਾ ਕਰਵਾਇਆ ਵੀ ਹੈ। ਅੰਬੈਸੀ ਦੀ ਗਾਈਡਲਾਈਨਸ ਪੜ੍ਹੋ, CIC ਦੀ ਵੈਬਸਾਈਟ 'ਤੇ ਚਲ ਜਾਓ, ਉੱਥੇ ਲਿਖਿਆ ਹੋਇਆ ਬੜਾ ਕਲੀਅਰ ਕੱਟ। ਔਰ ਪਿੱਛੇ ਜਿਸ ਵੈਬੀਨਾਰ ਕੀਤਾ ਸੀਗਾ ਇੱਕ ਕੈਨੇਡੀਅਨ ਹਾਈ ਕਮਿਸ਼ਨ, ਉਸ ਵੈਬੀਨਾਰ 'ਚ ਉਹਨਾਂ ਨੇ ਦੱਸਿਆ ਕਿ ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਹੈ, ਕਿਸੇ ਰੀਜ਼ਨ ਕਰਕੇ ਤੁਸੀਂ ਕਾਲਜ ਬਦਲਣਾ ਚਾਹੁੰਦੇ ਹੋ, ਕਿ ਇਨਟੇਕ ਸੀਗਾ, ਇਨਟੇਕ ਲੰਘ ਗਿਆ, ਨਵੇਂ ਇਨਟੇਕ ਦੇ ਵਿੱਚ ਕਾਲਜ ਕੋਲ ਉਹ ਵਾਲਾ ਕੋਰਸ ਨਹੀਂ ਹੈਗਾ, ਜਾਂ ਫੋਰ ਵਟ ਐਵਰ ਰੀਜ਼ਨ ਕਿਸੇ ਕਾਰਨ ਕਰਕੇ ਤੁਸੀਂ ਆਪਣਾ ਕੋਰਸ ਚੇਂਜ ਕਰਨਾ ਚਾਹੁੰਦੇ ਹੋ, ਕਾਲਜ ਚੇਂਜ ਕਰਨਾ ਚਾਹੁੰਦੇ ਹੋ, ਫਾਈਲ ਅੰਬੈਸੀ ਦੇ ਵਿੱਚ ਲੱਗੀ ਹੈ, ਆਪਣਾ ਵੈਬ ਫਾਰਮ ਰੇਜ਼ ਕਰੋ, ਨਵਾਂ LOA ਨਵੇਂ ਕਾਲਜ ਯੂਨੀਵਰਸਿਟੀ ਦਾ ਉਹਨਾਂ ਨੂੰ ਸੈਂਡ ਕਰ ਦਿਓ, ਤੁਹਾਡੀ ਐਪਲੀਕੇਸ਼ਨ ਨਵੇਂ LOA ਨਵੇਂ ਕੋਰਸ ਦੇ ਹਿਸਾਬ ਨਾਲ ਅਸੈਸ ਹੋਣੀ ਸ਼ੁਰੂ ਹੋ ਜੂਗੀ। ਸੋ ਕੋਈ ਵੀ ਸਟੂਡੈਂਟ ਜੇ ਤੁਹਾਨੂੰ ਲੱਗਦਾ, ਦੇਖੋ ਤੁਹਾਡਾ ਰਿਜ਼ਲਟ ਕੱਲ੍ਹ ਆਉਣਾ ਕਿ ਮਹੀਨੇ ਬਾਅਦ ਆਉਣਾ ਕਿ 6 ਮਹੀਨੇ ਬਾਅਦ ਆਉਣਾ, ਇਸ ਬਾਰੇ ਕਿਸੇ ਨੂੰ ਨਹੀਂ ਪਤਾ, ਔਰ ਕਿਸੇ ਨੇ ਤੁਹਾਨੂੰ ਇਸ ਬਾਰੇ ਜਵਾਬ ਨਹੀਂ ਦੇਣਾ। ਜੇ ਤੁਹਾਡੇ ਕੰਸਲਟੈਂਟ ਨੇ ਤੁਹਾਨੂੰ ਰੋਕਿਆ, ਤੁਸੀਂ ਸੈਟਿਸਫਾਈ ਹੋ, ਬਹੁਤ ਵਧੀਆ ਗੱਲ ਹੈ, ਰੁਕੇ ਰਹੋ ਜਿੰਨੀ ਦੇਰ ਤੱਕ ਤੁਹਾਡਾ ਰਿਜ਼ਲਟ ਨਹੀਂ ਆਉਂਦਾ, ਨਹੀਂ ਤਾਂ ਉਹਨੂੰ ਹੀ ਜਾ ਕੇ ਕਹਿ ਦਿਓ ਕਿ ਭਾਈ ਮੇਰਾ ਕਾਲਜ ਚੇਂਜ ਕਰਾ ਦੇ, ਮੇਰਾ ਵੈਬ ਫਾਰਮ ਰੇਜ਼ ਕਰਾ ਕੇ ਉੱਥੇ ਦੂਸਰੀ LOA ਭੇਜ ਦੇ, ਤਾਂ ਜੋ ਮੇਰਾ ਰਿਜ਼ਲਟ ਆ ਸਕੇ ਜੀ। ਸੋ ਦਰਸ਼ਕਾਂ ਦੱਸਦੇ ਕਿ ਓਮ ਗਲੋਬਲ ਤੋਂ ਪੁਨੀਤ ਖੰਨਾ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ। ਸੋ ਪੰਜਾਬ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਤੁਸੀਂ ਇਹਨਾਂ ਕੋਲੋਂ ਵੀਜ਼ਾ ਅਪਲਾਈ ਕਰਨ ਲਈ ਜਾ ਸਕਦੇ ਹੋ, ਚਾਹੇ ਉਹ ਕੈਨੇਡਾ ਦਾ ਸਟੱਡੀ ਵੀਜ਼ਾ, ਚਾਹੇ ਉਹ ਅਮੈਰੀਕਾ ਦਾ ਸਟੱਡੀ ਵੀਜ਼ਾ, ਚਾਹੇ ਉਹ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ, ਚਾਹੇ ਉਹ ਯੂਰਪ ਦਾ ਸਟੱਡੀ ਵੀਜ਼ਾ। ਜਲੰਧਰ ਹੈੱਡ ਆਫਿਸ ਆ ਜੀ, ਇਸ ਤੋਂ ਇਲਾਵਾ ਤੁਸੀਂ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਹੋ, ਅੰਮ੍ਰਿਤਸਰ ਆਫਿਸ ਆ ਸਕਦੇ ਹੋ, ਚੰਡੀਗੜ੍ਹ ਆਫਿਸ ਆ, ਚੰਡੀਗੜ੍ਹ ਆ ਸਕਦੇ ਹੋ, ਬਠਿੰਡਾ ਆਫਿਸ ਆ ਸਕਦੇ ਹੋ, ਬਠਿੰਡਾ ਵੀ ਐਕਸਪਰਟ ਟੀਮ ਬੈਠੀ ਹੈ, ਖੰਨਾ ਸਾਹਿਬ ਆਪ ਇੱਥੇ ਵਿਜ਼ਿਟ ਕਰਦੇ ਨੇ, ਬਠਿੰਡਾ ਆਫਿਸ ਆ ਕੇ ਵੀ ਤੁਸੀਂ ਕੇਸਿਸ ਅਪਲਾਈ ਕਰ ਸਕਦੇ ਹੋ। ਓਵਰਆਲ 6 ਬੈਂਡ ਹੋਣੇ ਚਾਹੀਦੇ ਆ, 1 ਮੋਡਿਊਲ 'ਚੋਂ 5.5 ਬੈਂਡ ਹੋਣੇ ਚਾਹੀਦੇ ਆ। ਪੜ੍ਹਾਈ ਦੇ ਵਿੱਚ 2-3 ਸਾਲ ਤਿੰਨ ਸਾਲ ਦਾ ਗੈਪ ਆ, ਕੋਈ ਸਮੱਸਿਆ ਨਹੀਂ ਹੈ। ਪਹਿਲਾਂ ਰਿਫਿਊਜ਼ ਹੋ ਗਏ ਹੋ, ਕੋਈ ਸਮੱਸਿਆ ਨਹੀਂ ਹੈ, ਨੰਬਰ ਘੱਟ ਆ, ਕੋਈ ਸਮੱਸਿਆ ਨਹੀਂ ਹੈ। ਆਲ 6 ਬੈਂਡ 1-4 5 ਬੈਂਡ ਹੋਣਗੇ ਅਤੇ ਬਠਿੰਡਾ ਆਫਿਸ ਵਿਜ਼ਿਟ ਕਰ ਲਓ, ਜੋ ਕਿ ਅਜੀਤ ਰੋਡ 'ਤੇ ਆ। ਤੁਸੀਂ ਕਿਸੇ ਵੀ ਦਿਨ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਵਾਲੇ ਦਿਨ ਇੱਥੇ ਬਠਿੰਡਾ ਆਫਿਸ ਆ ਸਕਦੇ ਹੋ, ਬਠਿੰਡਾ ਦੇ ਆਸ ਪਾਸ ਕਿਸੇ ਵੀ ਪਿੰਡ ਸ਼ਹਿਰ ਨੂੰ ਬਿਲੋਂਗ ਕਰਦੇ ਹੋ। ਪੈਸੇ ਉਦੋਂ ਦੇਣੇ ਆ
ਜਿਹਨੂੰ ਤੁਹਾਡੇ ਹੱਥ 'ਚ ਪਾਸਪੋਰਟ ਦੇਵਾਂਗੇ, ਪਾਸਪੋਰਟ ਦੇਵਾਂਗੇ ਅਤੇ ਪੈਸੇ ਦੇ ਹੱਕਦਾਰ ਹੋਣਗੇ। ਕੋਈ ਐਡਵਾਂਸ ਫੀਸ ਨਹੀਂ, ਕੋਈ ਆਫਰ ਦੀ ਫੀਸ ਨਹੀਂ, ਕੋਈ ਰਜਿਸਟ੍ਰੇਸ਼ਨ ਫੀਸ ਨਹੀਂ, ਪੈਸੇ ਉਦਣ ਜਿੱਦਣ ਵੀਜ਼ਾ ਲੱਗਦਾ। ਜ਼ਿਆਦਾ ਜਾਣਕਾਰੀ ਲਈ 9216162167 ਨੰਬਰ 'ਤੇ ਕਾਲ ਕਰ ਸਕਦੇ ਹੋ, 9216192167। ਸੁਖਨਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ। ਸ਼ੁਕਰੀਆ ਜੀ, ਧੰਨਵਾਦ।